की पति। एक ओंकार सतनाम करता पुरख निर्भव निर्वैर अकाल मूरत अजूनी सैभं गुरुप्रसाद। सतनाम वाहिगुरु साहिब जीओ। वैसाख पड़ा शाखां वेस करे तन देखे हर द्वार आवो दया करे। वैसाख पड़ा शाखां वेस करे तन देखे हर द्वार आवो दया करे। घर आओ त्यारे तर तारे तुद बिन अड ना मोलो कीमत कौन करे तुद पावा देख दिखावे ढोलो। दूर ना जाना अंतर माना हर का महल पछाना नानक वैसाखी प्रभ पावे सुरत शब्द मन माना। दूर ना जाना अंतर माना हर का महल पछाना नानक वैसाखी प्रभ पावे सुरत शब्द मन माना। वाहिगुरु जी का खालसा वाहिगुरु जी की फतेह। सिख मिशनी कॉलेज के चेयरमैन सत्कारयोग सरदार हरजीत सिंह जी उन्होंने समुचे विद्वानों की टीम अते इस क्लास नाल जुड़ी हुई समूह सात संगत नू बहुत ही प्यार सहित एक बार फिर फतेह प्रवान होवे जी। वाहिगुरु जी का खालसा वाहिगुरु जी की फतेह। सतगुरु साहब श्री गुरु नानक देव जी महाराज पातशाह जी के पावन मुखारविंद तो उचारण बारहवां तुखारी की विचार के नाल असी हर मंगलवार सांझ पाउंदे हाँ जिहदे विच अज छेवें पदे तो विचार आरंभ होण जा रही है। सब तो पहला अज दे इस पदे का आप जी ने पाठ सरवण किया है। उपरंत ਇਸੇ ਪਦੇ ਦੇ ਵਿੱਚੋਂ ਅਸੀਂ ਕੁਛ ਵਿਆਕਰਨਿਕ ਨੇਮ ਵੀ ਅਤੇ ਉਚਾਰਨ ਵੀ ਦੇਖ ਲੈਂਦੇ ਹਾਂ। ਵੈਸਾਖ ਭਲਾ ਭਲਾ ਤੇ ਰੁਕਣਾ ਹੈਗਾ ਹਲਕਾ ਜਿਹਾ ਵਿਸਰਾਮ ਇੱਥੇ ਲਗਾਉਣੇ। ਵਿਸਾਖ ਦੇ ਖੱਖੇ ਨੂੰ ਔਂਕੜ ਹੈ ਭਾਵ ਇੱਕ ਵਚਨ ਪੁਲਿੰਗ ਨਾਉ ਹੋਣ ਕਰਕੇ ਇਹਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਭਾਵ ਇੱਕ ਵੈਸਾਖ ਦਾ ਮਹੀਨਾ। ਜਿਵੇਂ ਨਿਰਵੈਰ ਦੇ ਰਾਰੇ ਨੂੰ ਔਂਕੜ ਇੱਕ ਨਿਰਵੈਰ ਪ੍ਰਭੂ ਸੱਚ ਦੇ ਚੱਚੇ ਨੂੰ ਔਂਕੜ ਮੈਨੇ ਇੱਕ ਸੱਚ ਔਰ ਇਹ ਸਾਰੇ ਪਲਿੰਗ ਨੇ। ਵਿਸਾਖ ਦੇ ਖੱਖੇ ਨੂੰ ਔਂਕੜੇ ਕੁਚ ਨੂੰ ਪਲਿੰਗ ਇਸ ਕਰਕੇ ਉਹਦਾ ਵਿਸ਼ੇਸ਼ਣ ਵੀ ਇੱਕ ਵਚਨ ਨਾਲ ਆ ਗਿਆ ਭਲਾ। ਇਸਤਰੀ ਲਿੰਗ ਹੁੰਦਾ ਫਿਰ ਭਲੀ ਆਣਾ ਸੀ, ਬਹੁ ਵਚਨ ਹੁੰਦਾ ਫਿਰ ਭਲੇ ਆਣਾ ਸੀ। ਭਲਾ ਇਹਦਾ ਮਤਲਬ ਵਿਸਾਖ ਇੱਕ ਵਚਨ ਹੈ। ਵਿਸਾਖ ਭਲਾ ਸ਼ਾਖਾਂ ਵੇਸ ਕਰੇ। ਜੇ ਇੱਥੇ ਅਸੀਂ ਪਾਠ ਸ਼ਾਖਾ ਕਰਾਂਗੇ ਫਿਰ ਸ਼ਾਖਾ ਹੁੰਦੀ ਹੈ ਇੱਕ ਟਹਿਣੀ ਤੇ ਵੇਸ ਕਰੈ ਪਾਠ ਆਣਾ ਸੀ ਫਿਰ ਕਰ ਕਰਦੀ ਹੈ। ਫਿਰ ਰਾਰੇ ਨੂੰ ਦੁਲਾਵਾਂ ਆਉਣੀਆਂ ਸੀ ਇੱਕ ਵਚਨੀ ਕਿਰਿਆ ਵਾਸਤੇ ਕਰੈ। ਪਰ ਇੱਥੇ ਕਰੇ ਪਾਠ ਹੈ ਇਹਦਾ ਮਤਲਬ ਬਹੁ ਵਚਨੀ ਕਿਰਿਆ ਹੈ ਤੇ ਸ਼ਾਖਾਂ ਮੈਨੇ ਬਹੁਤੀਆਂ ਸ਼ਾਖਾਂ ਵੇਸ ਕਰਦੀਆਂ ਹਨ। ਵੇਸ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ, ਵੇਸ ਭੂਸ਼ਾ ਹੁੰਦੀ ਹੈ, ਇਸ ਕਰਕੇ ਇੱਥੇ ਸੱਸਾ ਮੁਕਤਾ ਆ ਗਿਆ। ਸ਼ਾਖਾਂ ਵੇਸ ਕਰੇ ਭਾਵ ਸ਼ਾਖਾਵਾਂ ਜਿਹੜੀਆਂ ਨੇ ਉਹ ਵੇਸ ਕਰਦੀਆਂ ਹਨ, ਸੋਹਣੇ ਕੱਪੜੇ ਪਾਉਂਦੀਆਂ ਹਨ। ਧਨ ਦੇਖੇ ਹਰ ਦੁਆਰ ਆਵੋ ਦਇਆ ਕਰੇ। ਦੁਆਰ ਤੇ ਹਲਕਾ ਜਿਹਾ ਵਿਸਰਾਮ ਦੇਣਾ ਹੈ। ਧਨ ਮੈਨੇ ਇਸਤਰੀ, ਇੱਕ ਵਚਨ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਧਨ ਜਿਹੜਾ ਉਹ ਨੰਨਾ ਮੁਕਤਾ ਹੈ। ਜਿੱਥੇ ਧੰਤਾ ਯੋਗ ਪੂਜਣ ਯੋਗ ਵਾਸਤੇ ਸ਼ਬਦ ਆਏਗਾ ਧਨ, ਉੱਥੇ ਨੰਨੇ ਨੂੰ ਔਂਕੜ ਜ਼ਰੂਰ ਆਏਗੀ। ਇੱਥੋਂ ਤੱਕ ਕਿ ਧਨ ਜਿਹੜਾ ਦੌਲਤ ਵਾਸਤੇ ਆਏਗਾ ਉੱਥੇ ਵੀ ਨੰਨੇ ਨੂੰ ਔਂਕੜ ਆਏਗੀ, ਪਰ ਜਿੱਥੇ ਇਸਤਰੀ ਵਾਸਤੇ ਆਏਗਾ ਧਨ ਉੱਥੇ ਨੰਨਾ ਮੁਕਤ ਆਏਗਾ। ਧਨ ਦੇਖੇ
ਹੁਣ ਇੱਥੇ ਦੇਖੋ ਇੱਕ ਵਚਨ ਹੀ ਕਿਰਿਆ ਹੈ, ਇਸ ਕਰਕੇ ਦੇਖੇ ਦੀ ਬਜਾਏ ਦੇਖਿਆ ਆ ਗਿਆ, ਦੇਖਦੀ ਹੈ। ਹਰ ਦੁਆਰ, ਹਰ ਸ਼ਬਦ ਜਿਹੜਾ ਹੈ ਇਹ ਤਤਸਮ ਸ਼ਬਦ ਹੈ, ਆਪਣੀ ਮੌਲਿਕ ਸਿਆਰੀ ਇਹ ਸ਼ਬਦ ਨਾਲ ਹੀ ਲੈ ਕੇ ਆਇਆ ਹੈ। ਹਿੰਦੀ ਚ ਜਿਵੇਂ ਹਰੀ ਲਿਖਿਆ ਜਾਂਦਾ ਹੈ, ਹਰ ਰਾਰੇ ਨੂੰ ਸਿਆਰੀ ਨਾਲ, ਗੁਰਬਾਣੀ ਵਿੱਚ ਐਜ਼ ਇਟ ਇਜ਼ ਸ਼ਬਦ ਆ ਗਿਆ, ਹਰ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਇਸ ਕਰਕੇ ਸਮੱਗਰ ਗੁਰਬਾਣੀ ਵਿੱਚ ਜਿੱਥੇ ਵੀ ਰੱਬ ਵਾਸਤੇ ਹਰ ਸ਼ਬਦ ਆਏਗਾ, ਉੱਥੇ ਉਹਦੀ ਮੌਲਿਕ ਸਿਆਰੀ ਨਾਲ ਹੀ ਹੋਏਗੀ, ਹਰ ਰਾਰੇ ਨੂੰ ਸਿਆਰੀ ਨਾਲ ਹੀ ਆਏਗਾ। ਤੇ ਜਿੱਥੇ ਹਰ ਰਾਰੇ ਨੂੰ ਔਂਕੜ ਆ ਗਈ, ਉੱਥੇ ਹਰ ਦਾ ਅਰਥ ਨਾਸ਼ ਕਰਨਾ ਵੀ ਹੋਏਗਾ, ਹਰ ਦਾ ਅਰਥ ਹਰਾ ਵੀ ਹੋ ਸਕਦਾ ਹੈ। ਜਿੱਥੇ ਹਾਹਾ ਰਾਰਾ ਮੁਕਤਾ ਹੋਏਗਾ, ਬਹੁਤੇ ਨਾਸ਼ ਜਾਂ ਬਹੁਤਾ ਹਰਾਪਨ, ਇਸ ਤਰ੍ਹਾਂ ਵੀ ਉੱਥੇ ਅਰਥ ਆ ਸਕਦੇ ਨੇ। ਪਰ ਜਿੱਥੇ ਵੀ ਰਾਰੇ ਨੂੰ ਸਿਆਰੀ ਆਏਗੀ, ਉੱਥੇ ਹਰ ਦਾ ਅਰਥ ਕੇਵਲ ਤੇ ਕੇਵਲ ਇੱਕ ਪ੍ਰਭੂ ਬਣੇਗਾ, ਕਿਉਂਕਿ ਰਾਰੇ ਦੀ ਸਿਆਰੀ ਮੌਲਿਕ ਸਿਆਰੀ ਹੈ। ਇਹ ਤਤਸਮ ਸ਼ਬਦ ਹਰ ਸ਼ਬਦ ਆਪਣੀ ਸਿਆਰੀ ਨਾਲ ਲੈ ਕੇ ਆਇਆ। ਦੁਆਰ, ਦੁਆਰ ਦਰਵਾਜ਼ਾ, ਤੇ ਰਾਰੇ ਨੂੰ ਲੱਗ ਗਈ ਸਿਆਰੀ। ਹੁਣ ਪਲਿੰਗ ਨਾਓ ਹੈ ਦਰਵਾਜ਼ਾ, ਜਦੋਂ ਆਖਰੀ ਅੱਖਰ ਨੂੰ ਸਿਆਰੀ ਲੱਗ ਗਈ ਤੇ ਉਹ ਪਲਿੰਗ ਇੱਕ ਵਿੱਚ ਨਾਓ ਦੇ ਕਾਰ ਕੀ ਅਰਥ ਨਿਕਲ ਆਣਗੇ? ਦੁਆਰ ਵਿੱਚ, ਦੁਆਰ ਤੇ, ਦੁਆਰ ਰਾਹੀਂ, ਦੁਆਰ ਦੁਆਰਾ, ਦੁਆਰ ਵਿੱਚ। ਇੱਥੇ ਰਾਰੇ ਨੂੰ ਸਿਆਰੀ ਮਿਲੇ ਦੁਆਰ ਵਿੱਚ। ਆਵੋ ਦਇਆ ਕਰੇ ਸੰਬੋਧਨ ਹੈ ਇੱਥੇ। ਇੱਥੇ ਕਰੇ ਦਾ ਅਰਥ ਕਰਕੇ ਹੈ, ਆਵੋ ਦਇਆ ਕਰੇ ਮੈਨੇ ਦਇਆ ਕਰਕੇ। ਘਰ ਆਓ ਪਿਆਰੇ ਦੁਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਘਰ ਆਓ ਪਿਆਰੇ ਤੇ ਹਲਕਾ ਜਿਹਾ ਰੁਕਣਾ। ਹੁਣ ਘਰ ਦੇ ਫਿਰ ਰਾਰੇ ਨੂੰ ਸਿਆਰੀ ਆ ਗਈ। ਇੱਕ ਵਚਨ ਪਲਿੰਗ ਨਾਓ ਦੇ ਆਖਰੀ ਅੱਖਰ ਨੂੰ ਜਦੋਂ ਸਿਆਰੀ ਲੱਗ ਜਾਂਦੀ ਹੈ ਤੇ ਕਰਕੇ ਅਰਥ ਨਿਕਲ ਆਏਗਾ, ਘਰ ਵਿੱਚ, ਘਰ ਉੱਤੇ, ਘਰ ਰਾਹੀਂ। ਇੱਥੇ ਘਰ ਵਿੱਚ, ਘਰ ਆਓ ਪਿਆਰੇ ਘਰ ਵਿੱਚ। ਦੁਤਰ ਤਾਰੇ, ਇਹ ਤਰ ਤੋਂ ਲਫ਼ਜ਼ ਬਣਿਆ ਦੁਤਰ। ਤਰ ਮੈਨੇ ਤਰਨਾ, ਜਿਹਨੂੰ ਅਸੀਂ ਤੈਰਨਾ ਕਹਿੰਦੇ ਹਾਂ, ਤੇ ਤਰ ਜਾਣਾ। ਉਹਦੇ ਅੱਗੇ ਲੱਗ ਗਿਆ ਦੱਦੇ ਨੂੰ ਔਂਕੜ ਦੂ, ਅਗੇਤਰ ਲੱਗ ਗਿਆ ਦੂ ਪ੍ਰੀਫਿਕਸ, ਤੇ ਇਹ ਬਣ ਗਿਆ ਔਖਾ ਤਰਨ ਵਾਲਾ। ਦੁਤਰ ਭਾਵ ਔਖਾ ਤਰਿਆ ਜਾਣ ਵਾਲਾ, ਤਾਰੇ ਔਖਾ ਤਰਿਆ ਜਾਣ ਵਾਲਾ, ਤੂਲ ਤਾਰ ਤਾਰ ਦੇ, ਪਾਰ ਲੰਘਾ ਦੇ। ਜਾਂ ਅਸੀਂ ਜਦੋਂ ਪੜ੍ਹਦੇ ਹਾਂ, ਘਰ ਆਓ ਪਿਆਰੇ ਦੁਤਰ ਤਾਰੇ, ਭਾਵ ਔਖੇ ਜਿਹੜੇ ਨੇ ਉਹਨਾਂ ਨੂੰ ਤਾਰਦਾ ਹੈ, ਉਹ ਤਾਰ ਪਾਰ ਲੰਘਾ। ਇੱਥੇ ਸੰਬੋਧਨ ਰੂਪ ਚ ਆ ਗਿਆ ਪਾਰ ਲੰਘਾ। ਤੁਧ ਬਿਨ ਅੱਡ ਨਾ ਮੋਲੋ, ਤੁਧ ਸ਼ਬਦ ਜਿਹੜਾ ਸਮਗਰ ਗੁਰਬਾਣੀ ਚ ਤਦੇ ਨੂੰ ਔਂਕੜ ਨਾਲ ਹੀ ਆਏਗਾ, ਤੇ ਬਿਨ ਸ਼ਬਦ ਤੇ ਵਿਣ ਸ਼ਬਦ ਇਹ ਵੀ ਹਮੇਸ਼ਾ ਆਖਰੀ ਅੱਖਰ ਔਂਕੜ ਨਾਲ ਹੀ ਆਏਗਾ। ਤੁਧ ਬਿਨ ਅੱਡ ਨਾ ਮੋਲੋ, ਅੱਡ ਭਾਵ ਅੱਧੀ ਕੋਡੀ, ਅੱਧੀ ਕੋਡੀ ਦਾ ਇੱਕ ਪਲਿੰਗ ਵਿਚਲੀ ਨਾਮ ਜਿਹੜਾ ਉਹ ਅੱਡ ਰੱਖ ਦਿੱਤਾ ਗਿਆ। ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕੀਮਤ ਇਸਤਰੀ ਲਿੰਗ ਸ਼ਬਦ ਹੈ, ਇਸ ਕਰਕੇ ਇਹ ਆਪਣੀ ਮੌਲਿਕ ਸਿਆਰੀ ਇਹ ਸ਼ਬਦ ਨਾਲ ਲੈ ਕੇ ਆਇਆ। ਕੌਣ ਕਰੇ ਤੁਧ ਭਾਵਾਂ, ਕੌਣ ਮੈਨੇ, ਇੱਥੇ ਕਿਸੇ ਕੌਣ ਦੀ ਗੱਲ ਚੱਲ ਰਹੀ ਹੈ। ਕੋਈ ਵੀ ਭਾਵ ਕੋਈ ਵੀ ਧਿਰ, ਕੋਈ ਵੀ ਧਿਰ ਕੀਮਤ ਪਾ ਕੇ ਦੇਖੇ, ਕੋਈ ਵੀ ਧਿਰ ਮੇਰੀ ਕੀਮਤ ਨਹੀਂ ਪਾ ਸਕਦੀ। ਕੀਮਤ ਕੌਣ ਕਰੇ, ਇਸ ਕਰਕੇ ਇੱਥੇ ਇਸਤਰੀ ਲਿੰਗ ਰੂਪ ਦੇ ਵਿੱਚ ਕੌਣ ਰਾਣਾ ਮੁਕਤਾ ਆ ਗਿਆ। ਤੁਧ ਭਾਵਾਂ, ਇੱਥੇ ਫਿਰ ਤੁਧ ਤਦੇ ਨੂੰ ਔਂਕੜ ਦੇ ਨਾਲ, ਦੇਖ ਦਿਖਾਵੇ ਢੋਲੋ। ਦੇਖ ਦੇ ਖੱਖੀ ਨੂੰ ਆ ਗਈ ਸਿਆਰੀ, ਦੇਖ ਕੇ, ਪੂਰਵ ਪੂਰਨ ਕਾਰ ਦੰਤਕ ਦੀ ਕਿਰਿਆ ਹੈ, ਦੇਖ ਕੇ ਦਿਖਾਵੇ, ਅਗਲੀ ਕਿਰਿਆ ਹੁਣ ਦੂਸਰੀ ਆ ਗਈ, ਦਿਖਾ ਦੇਵੇ। ਢੋਲੋ, ਢੋਲੋ ਮੈਨੇ ਪ੍ਰਭੂ, ਪਤੀ ਖਸਮ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਦੂਰ ਤੇ ਅੰਤਰ ਦੋਨੋਂ ਸੰਬੰਧਕ ਸ਼ਬਦ ਨੇ, ਤੇ ਸੰਬੰਧਕ ਸ਼ਬਦ ਜਿਹੜੇ ਨੇ ਆਪਣੇ ਨਾਲ ਸਿਆਰੀ ਜ਼ਰੂਰ ਲੈ ਕੇ ਆਉਂਦੇ ਨੇ। ਇਹਨਾਂ ਸੰਬੰਧਕੀ ਸ਼ਬਦਾਂ ਦੀ ਪਛਾਣ ਹੈ, ਇਹਨਾਂ ਦੇ ਅਖੀਰ ਤੇ ਸਿਆਰੀ ਲੱਗੀ ਹੋਏਗੀ। ਅੰਤਰ ਬਾਹਰ ਮਜਾਰ ਬਰਾਬਰ ਤੁਲ ਸੰਸਰ ਦੂਰ ਅੰਤਰ, ਇਹ ਜਿੰਨੇ ਵੀ ਸ਼ਬਦ ਨੇ ਇਹ ਆਖਰੀ ਅੱਖਰ ਸਿਆਰੀ ਨਾਲ ਲਾਉਣਗੇ। ਹਾਂ, ਜੇ ਇਹਨਾਂ ਵਿੱਚੋਂ ਕਿਸੇ ਸੰਬੰਧਕ ਦੇ ਆਖਰੀ ਅੱਖਰ ਨੂੰ ਸਿਆਰੀ ਨਾ ਲੱਗੀ ਹੋਵੇ, ਔਂਕੜ ਲੱਗੀ ਹੋਵੇ, ਫਿਰ ਸੰਬੰਧਕ ਨਹੀਂ ਰਹਿ ਜਾਂਦੇ, ਫਿਰ ਇਹ ਪਲਿੰਗ ਇੱਕ ਵਚਨ ਨਾਓ ਬਣ ਜਾਂਦੇ ਨੇ। ਔਂਕੜ ਹਟ ਜਾਏ ਤੇ ਪਲਿੰਗ ਬਹੁ ਵਚਨ ਨਾਓ ਬਣ ਜਾਂਦੇ ਨੇ। ਦੂਰ ਨਾ ਜਾਣਾ ਅੰਤਰ ਮਾਨਾ, ਭਾਵ ਇਹੀ ਅੰਤਰ ਰਾਰੇ ਨੂੰ ਔਂਕੜ ਲੱਗ ਜਾਏਗੀ। ਅੰਤਰ ਮੈਲ, ਜੇ ਤੀਰਥ ਨਾਵੇ ਉੱਥੇ ਅੰਤਰ ਦਾ ਅਰਥ ਬਣ ਜਾਏਗਾ ਹਿਰਦਾ, ਪਰ ਇੱਥੇ ਅੰਤਰ ਮੈਨੇ ਅੰਦਰ,
दूर ना जाना अंतर माना हर का महल पछाना हर फिर अपनी मौलक सैरी नाल लैके आया है। महल लले नू लागी औंकड़ भाव सोहना महल सोहना घर एक वचन पलिंग शब्द है नानक इत नानक कका मुक्ता है। तो पलिंग एक वचन नाऊ जो भी मुक्ता आएगा वो पिछे तीन कारण हो गए। पलिंग एक वचन नाऊ मुक्ता आवे तो एक वचन नहीं रह जाता फिर वह बहुवचन हो जाता है। पलिंग नाऊ के आखिरी अखर की औंकड़ हट जाए जो बहुवचन हो जाएगा जो अगे कोई संबंधक लग्या होगा का के की दा दे दी वगैरह तो फिर वह संबोधन होएगा। इतने संबोधन है हे नानक क्योंकि अगे संबंधक कोई नहीं लग्या होया तो ना गुरु नानक साहब बहुवचन ने एक वचन ने इस करके इतने संबोधन आ गया हे नानक तो इतने रुकना है गया। जिथे भी नानक कक्का मुक्ता आवे अगे संबंधक ना हो जरूर रुको जो नहीं रुकोगे तो अर्थां दे अनर्थ हो जाएंगे। जे कट्ठा पढ़ देंगे नानक कूड़ रहा भरपूर कूड़े तो असं हाँ पर असं गुरु नानक साहब न फिर बेदब कर रहे हैं। नानक कूड़ रहा भरपूर नानक अंधा होए कह नहीं अन्ने तो असं हाँ ग्ञानता च नानक उत्थे रुकना है नानक अंधा होए कह रतना परखण जाए। इस तरह नानक वैसाखी प्रभ पावे प्रभ दे पब्बे नू आ गई औंकड़ एक वचन पलिंग राओ नाओ है पावे मैंने पौंदा है जा पौंदी है वह जीव स्त्री वैसाखी दे आ गई बिंदी भाव वैसाखी मैंने विसाख विच विसाख राही वैसाखी हथ लिखत बीड़ा दे विच जिहड़ी बिंदी है होड़े तो पहला या बिहारी तो पहला लगी हुंदी सी पंजाबी ते कंप्यूटर वाले फोंटां दे विच जिहड़े ने जिहड़े साडे फोंट ने उहनां दे विच ये हुण जां सी लिखत लिखण विच क्योंकि असी होड़े तो बाद जां बिहारी तो बाद बिंदी लगाने तो साडे फोंट भी पंजाबी दे उदां दे बणे ने इस करके पंजाबी दे टाइपिंग फोंटां दे विच जिहड़े ने ਉਹ ਬਿੰਦੀ ਅਖੀਰ ਤੇ ਹੀ ਤੁਹਾਨੂੰ ਮਿਲੇਗੀ ਸਾਡੀ ਅੱਜ ਦੀ ਜੋ ਵਿਕਾਸ ਕਰ ਚੁੱਕੀ ਭਾਸ਼ਾ ਹੈ ਉਹਦੇ ਮੁਤਾਬਕ। ਹੱਥ ਲਿਖਤ ਬੀੜਨ ਦੇ ਵਿੱਚ ਇਹ ਬਿੰਦੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸਨ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਸੁਰਤ ਇਸਤਰੀ ਲਿੰਗ ਸ਼ਬਦ ਸੁਰਤੀ ਹੈ ਇਹ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਇਹਨਾਂ ਨੂੰ ਦੇਖਣਾ ਹੋਵੇ ਨਾ ਜਿਹਦੇ ਅੱਗੇ ਮੇਰੀ ਸ਼ਬਦ ਲੱਗ ਜਾਏ ਮੇਰੀ ਸੁਰਤ ਮੇਰੀ ਭਗਤ ਮੇਰੀ ਰਿਧ ਸਿੱਧ ਨਿਧ ਜਿਹਦੇ ਅੱਗੇ ਮੇਰੀ ਲੱਗ ਜਾਏ ਤੇ ਅਖੀਰ ਤੇ ਸਿਆਰੀ ਹੋਵੇ ਇਹਦਾ ਮਤਲਬ ਉਹ ਇਸਤਰੀ ਲਿੰਗ ਨੇ ਜਦੋਂ ਅਸੀਂ ਉਹਨਾਂ ਨੂੰ ਹਿੰਦੀ 'ਚ ਲਿਖਾਂਗੇ ਤੇ ਉਹ ਸਿਆਰੀ ਨਾਲ ਹੀ ਲਿਖੇ ਜਾਣਗੇ। ਸੁਰਤ ਨੂੰ ਸੁਰਤੀ ਲਿਖਿਆ ਜਾਏਗਾ ਭਗਤ ਨੂੰ ਭਗਤੀ ਲਿਖਿਆ ਜਾਏਗਾ ਭਗਤੀ ਸੁਰਤੀ ਰਿਧੀ ਸਿੱਧੀ ਨਿਧੀ ਉਦਾਂ ਹੀ ਸੁਰਤ ਇਸਤਰੀ ਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਸ਼ਬਦ ਹੁਣ ਸ਼ਬਦ ਇਸਤਰੀ ਲਿੰਗ ਨਹੀਂ ਹੈ ਮੇਰੀ ਸ਼ਬਦ ਬਣਦਾ ਨਹੀਂ ਹੈ ਮੇਰਾ ਸ਼ਬਦ ਬਣਦਾ ਹੈ। ਪਲਿੰਗ ਦੇ ਜਦੋਂ ਆਖਰੀ ਅੱਖਰ ਨੂੰ ਸਿਆਰੀ ਆਏਗੀ ਫਿਰ ਉਹਦਾ ਕਾਰਕੀ ਅਰਥ ਨਿਕਲੇਗਾ ਸ਼ਬਦ ਵਿੱਚ ਮਨ ਨੰਨੇ ਨੂੰ ਆ ਗਈ ਔਂਕੜ ਮਨ ਮਾਨਾ। ਹੁਣ ਅਸੀਂ ਇਹਦੀ ਸੰਖੇਪ ਜੀ ਵਿਆਖਿਆ ਕਰ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੈਸਾਖ ਭਲਾ ਵਿਸਾਖ ਦਾ ਮਹੀਨਾ ਬੜਾ ਭਲਾ ਹੈ ਕਿਹਾ ਚੰਗਾ ਬੜਾ ਸੋਹਣਾ ਹੈ। ਵਿਸਾਖ ਦਾ ਮਹੀਨਾ ਬਹੁਤ ਸੋਹਣਾ ਹੈ ਭਲਾ ਹੈ ਚੰਗਾ ਹੈ। ਕਿਉਂ ਚੰਗਾ ਹੈ? ਕਿਉਂਕਿ ਵਿਸਾਖ ਦਾ ਮਹੀਨਾ ਹੈ ਜਿਹਨੇ ਮੈਨੂੰ ਇੱਕ ਨਵੀਂ ਪਛਾਣ ਦੇ ਦਿੱਤੀ। ਸ਼ਾਖਾਂ ਵੇਸ ਕਰੇ ਸ਼ਾਖਾਵਾਂ ਨੇ ਟਾਹਣੀਆਂ ਨੇ ਵੇਸ ਕਰ ਲਿਆ ਵੇਸ ਕਰਦੀਆਂ ਨੇ ਭਾਵ ਉਹਨਾਂ ਨੇ ਪਹਿਰਾਵਾ ਪਹਿਨ ਲਿਆ। ਇਹ ਸ਼ਬਦ ਬੜਾ ਪਿਆਰਾ ਹੈ ਵੈਸਾਖ ਦੋ ਸ਼ਬਦਾਂ ਨੂੰ ਮਿਲਾ ਕੇ ਇਹ ਬਣਿਆ ਹੈ ਵੇਸ ਪਲੱਸ ਸ਼ਾਖ ਸ਼ਾਖ ਟਾਹਣੀ ਵੇਸ ਪਹਿਰਾਵਾ ਵੇਸ ਪਹਿਰਾਵਾ ਸ਼ਾਖ ਮੈਨੇ ਟਹਿਣੀ ਵੈਸਾਖ ਵੇਸ ਪਲੱਸ ਸ਼ਾਖ ਮਾਨੋ ਸ਼ਾਖਾਵਾਂ ਨੇ ਵੇਸ ਧਾਰਨ ਕਰ ਲਿਆ। ਜਦੋਂ ਪਤ ਝੜਦੀ ਰੁੱਤ ਲੰਘ ਕੇ ਗਈ ਉਦੋਂ ਰੁੱਖ ਤੇ ਬਹੁਤ ਸੰਤਰਤੀ ਤੇ ਪਤ ਝੜਦੀ ਰੁੱਤ ਵਿੱਚ ਪਰ ਪਛਾਣ ਨਹੀਂ ਸੀ ਉਹਨਾਂ ਦੀ ਕੋਈ ਕਿਉਂਕਿ ਪਤ ਝੜਦੀ ਰੁੱਤ ਦੇ ਵਿੱਚ ਆਟਮ ਦੇ ਵਿੱਚ ਜਿਹੜੇ ਰੁੱਖਾਂ ਤੋਂ ਪੱਤੇ ਉਹ ਲੱਸ ਜਾਂਦੇ ਨੇ ਰੁੱਖ ਤੇ ਖੜੇ ਹੈ ਟਹਿਣੀਆਂ ਵੀ ਲੱਗੀਆਂ ਨੇ ਪਰ ਪੱਤੇ ਨਹੀਂ ਲੱਗੇ ਰੁੰਡ ਪੁੰਡ ਹੋ ਗਏ ਨੇ ਰੁੱਖ ਸਾਰੇ ਤੇ ਉਹਨਾਂ ਰੁੰਡ ਪੁੰਡ ਰੁੱਖਾਂ ਨੂੰ ਦੇਖ ਕੇ ਪਤਾ ਨਹੀਂ ਲੱਗਦਾ ਵੀ ਰੁੱਖ ਕਾਹਦਾ ਹੈ ਵੀ ਆਹ ਜਿਹੜਾ ਰੁੱਖ ਹੈ ਇਹ ਨਿੰਮਦ ਹੈ ਕਿ ਤ੍ਰੇਕ ਹੈ ਇਹ ਨਹੀਂ ਪਤਾ ਲੱਗਦਾ ਆਹ ਰੁੱਖ ਜਿਹੜਾ ਇਹ ਅੰਬ ਹੈ ਕਿ ਅਮਰੂਦ ਹੈ ਪਤਾ ਨਹੀਂ ਲੱਗਦਾ ਕਿਉਂਕਿ ਸਿਰਫ ਟਾਹਣੀਆਂ ਲੱਗੀਆਂ ਨੇ ਸੁੱਕ ਸੁੱਕ ਗਿਆ ਰੁੱਖ ਤੇ ਸੁੱਕਾ ਰੁੱਖ ਕਿਸੇ ਕੰਮ ਦਾ ਨਹੀਂ ਹੁਣ ਇਹ ਬਾਲਣ ਦੇ ਕੰਮ ਆਏਗਾ ਫਰਨੀਚਰ ਦੇ ਕੰਮ ਆਏਗਾ ਪਰ ਨਾ ਤੇ
ਇਹ ਸਾਨੂੰ ਛਾਂ ਦੇ ਸਕਦਾ ਹੈ, ਨਾ ਸੁੱਕਾ ਰੁੱਖ ਸਾਨੂੰ ਸੁਗੰਧੀ ਦੇ ਸਕਦਾ ਹੈ ਫੁੱਲਾਂ ਵਾਲੀ, ਨਾ ਸਾਨੂੰ ਮਿੱਠੇ ਫਲ ਦੇ ਸਕਦਾ ਹੈ, ਕਿਉਂਕਿ ਪੱਤੇ ਹੀ ਨਹੀਂ ਲੱਗੇ, ਫੁੱਲ ਹੀ ਨਹੀਂ ਲੱਗੇ, ਫਲ ਹੀ ਨਹੀਂ ਲੱਗੇ, ਸਿਰਫ ਟਾਹਣੀਆਂ ਨੇ। ਇਹੋ ਜਿਹੇ ਰੁੱਖ ਨੂੰ ਜਾਂ ਤੇ ਅੱਗ ਚ ਪਾ ਕੇ ਸਾੜਿਆ ਜਾ ਸਕਦਾ ਹੈ ਜਾਂ ਕੱਟ ਕੇ ਫਰਨੀਚਰ ਬਣਾਇਆ ਜਾ ਸਕਦਾ ਹੈ, ਹੋਰ ਕੁਛ ਨਹੀਂ ਕੀਤਾ ਜਾ ਸਕਦਾ। ਨਾ ਫਲ ਦੇਗਾ, ਨਾ ਫੁੱਲ ਦੇਗਾ, ਨਾ ਸੰਘਣੀ ਛਾਂ ਦੇਗਾ, ਕੁਛ ਵੀ ਨਹੀਂ ਹੈ। ਹੁਣ ਇਹਨਾਂ ਰੁੱਖਾਂ ਦੀ ਪਛਾਣ ਕੋਈ ਨਹੀਂ, ਫਿਰ ਕੀ ਹੁੰਦਾ? ਫਿਰ ਜਦੋਂ ਚੇਤ ਦੇ ਮਹੀਨੇ ਬਸੰਤ ਰੁੱਤ ਪੈਦਾ ਹੁੰਦੀ ਹੈ, ਕੁਰੂੰਬਲਾਂ ਫੁੱਟਦੀਆਂ ਨੇ, ਹਰਿਆਈ ਛਾਂਦੀ ਹੈ, ਤੇ ਵਿਸਾਖ ਤੱਕ ਆਉਂਦਿਆਂ ਆਉਂਦਿਆਂ ਪੱਤੇ ਨਿਕਲ ਆਉਂਦੇ ਨੇ, ਵਿਸਾਖ ਤੱਕ ਆਉਂਦਿਆਂ ਆਉਂਦਿਆਂ ਫੁੱਲ ਖਿੜ ਜਾਂਦੇ ਨੇ, ਵਿਸਾਖ ਤੱਕ ਆਉਂਦਿਆਂ ਆਉਂਦਿਆਂ ਫੁੱਲਾਂ ਨੂੰ ਫਲ ਲੱਗਣੇ ਸ਼ੁਰੂ ਹੋ ਜਾਂਦੇ ਨੇ, ਉਸ ਰੁੱਖ ਨੂੰ ਪਛਾਣ ਮਿਲ ਜਾਂਦੀ ਹੈ। ਹੁਣ ਇੱਕੋ ਦਮ ਲੋਕ ਪੱਤੇ ਦੇਖ ਕੇ ਦੱਸ ਦਿੰਦੇ ਨੇ, ਆਹ ਤੇ ਸੇਬ ਦਾ ਰੁੱਖ ਹੈ, ਜਿਹੜਾ ਆਹ ਵਾਲਾ ਰੁੱਖ ਹੈ ਨਾ ਇਹ ਅੰਬ ਦਾ ਰੁੱਖ ਹੈ, ਪੱਤਿਆਂ ਤੋਂ ਪਛਾਣ ਹੋ ਗਈ। ਨਹੀਂ ਤਾਂ ਪਛਾਣੇ ਨਹੀਂ ਸੀ ਜਾਂਦੇ ਕਿ ਸੇਬ ਹੈ ਕਿ ਅੰਬ ਹੈ, ਇਹ ਅਮਰੂਦ ਹੈ ਕਿ ਪਿੱਪਲ ਹੈ ਕਿ ਟਾਹਲੀ ਹੈ, ਪਤਾ ਨਹੀਂ ਸੀ ਲੱਗਦਾ। ਪਰ ਜਦੋਂ ਪੱਤੇ ਆਏ, ਪੱਤਿਆਂ ਨੇ ਪਛਾਣ ਦੇ ਦਿੱਤੀ ਵੀ ਇਹ ਰੁੱਖ ਤੇ ਫਲਾਣਾ ਹੈ। ਸ਼ਾਖਾਵਾਂ ਨੂੰ ਜਦੋਂ ਵੇਸ ਮਿਲ ਗਿਆ, ਟਾਹਣੀਆਂ ਨੂੰ ਜਦੋਂ ਪਹਿਰਾਵਾ ਮਿਲ ਗਿਆ ਪੱਤਿਆਂ ਦਾ, ਤੇ ਉਹਨਾਂ ਪੱਤਿਆਂ ਨੇ ਉਸ ਰੁੱਖ ਨੂੰ ਪਛਾਣ ਦੇ ਦਿੱਤੀ ਵੀ ਰੁੱਖ ਕਾਹਦਾ ਹੈ। ਹੁਣ ਪਤਾ ਲੱਗ ਗਿਆ ਰੁੱਖ ਕਾਹਦਾ ਹੈ। ਉਦਾਹਰਨ ਦੇ ਤੌਰ ਤੇ ਦੋ ਰੁੱਖ ਲੱਗੇ ਹੋਏ ਨੇ, ਪਤਾ ਨਹੀਂ ਕਿਹੜੇ ਨੇ। ਅਚਾਨਕ ਇੱਕ ਰੁੱਖ ਦੇ ਵਿੱਚੋਂ ਅੰਬ ਦੇ ਪੱਤੇ ਨਿਕਲਣੇ ਸ਼ੁਰੂ ਹੋ ਗਏ। ਲੋਕਾਂ ਨੇ ਪੱਤਿਆਂ ਨੂੰ ਦੇਖਦਿਆਂ ਸਰ ਕਹਿ ਦਿੱਤਾ ਵੀ ਪੱਤੇ ਜਿਹੜੇ ਨੇ ਅੰਬ ਵਾਲੇ ਨੇ, ਇਹ ਰੁੱਖ ਜਿਹੜਾ ਮਿੱਠੇ ਫਲ ਦੇਗਾ, ਇੱਕ ਨਾ ਇੱਕ ਦਿਨ ਜ਼ਰੂਰ ਮਿੱਠੇ ਫਲ ਦੇਗਾ। ਦੂਜੇ ਰੁੱਖ ਦੇ ਵਿੱਚੋਂ ਕਿੱਕਰ ਦੇ ਪੱਤੇ ਨਿਕਲਣੇ ਸ਼ੁਰੂ ਹੋ ਗਏ। ਲੋਕਾਂ ਨੇ ਕਿਹਾ ਵੀ ਇਹਨੇ ਤੇ ਕੰਡੇ ਵੰਡਣੇ ਨੇ, ਕਿਉਂਕਿ ਪੱਤੇ ਦੱਸ ਰਹੇ ਨੇ, ਤੇ ਹੌਲੀ ਹੌਲੀ ਇਹ ਕੰਡੇ ਨਿਕਲਣਗੇ, ਜਾਂ ਇਹਦੇ ਜਿਹੜੇ ਫੁੱਲ ਨੇ ਉਹ ਕਿਸੇ ਕੰਮ ਦੇ ਨਹੀਂ, ਫਲ ਇਹਦੇ ਤੋਂ ਸਾਨੂੰ ਮਿਲਣਾ ਕੋਈ ਨਹੀਂ। ਪੱਤਿਆਂ ਨੇ ਦੱਸ ਦਿੱਤਾ, ਪੱਤਿਆਂ ਨੇ ਪਛਾਣ ਕਰਾ ਦਿੱਤੀ ਵੀ ਇਹ ਰੁੱਖ ਜਿਹੜਾ ਨਾ ਇਹ ਨਿਕੰਮੇ। ਮਾਨੋ ਸਿੰਬਲ ਦੇ ਪੱਤੇ ਨਿਕਲ ਆਏ, ਲੋਕਾਂ ਨੇ ਕਹਿ ਦਿੱਤਾ ਵੀ ਪੱਤੇ ਸਿੰਬਲ ਦੇ ਨੇ, ਇਹਨਾਂ ਨੇ ਤੇ ਕਿਸੇ ਨੂੰ ਛਾਵੇਂ ਨਹੀਂ ਦੇਣੀ। ਪੱਤਿਆਂ ਨੇ ਦੱਸ ਦਿੱਤਾ ਵੀ ਇਹ ਸਿੰਬਲ ਹੈ, ਪੱਤਿਆਂ ਤੋਂ ਪਛਾਣ ਹੋ ਗਈ ਵੀ ਇਹ ਮਿੱਠੇ ਫਲ ਦੇਗਾ ਰੁੱਖ, ਪੱਤਿਆਂ ਤੋਂ ਪਛਾਣ ਹੋ ਗਈ ਵੀ ਇਹ ਰੁੱਖ ਜਿਹੜਾ ਕੰਡੇ ਦੇਗਾ, ਪੱਤਿਆਂ ਤੋਂ ਪਛਾਣ ਹੋ ਗਈ ਵੀ ਇਹ ਰੁੱਖ ਜਿਹੜਾ ਇਹ ਕੋਈ ਮਿੱਠਾ ਫਲ ਨਹੀਂ ਦੇਗਾ, ਨਿਕੰਮੇ ਫਲ ਦੇਗਾ, ਇਹਦੇ ਤੇ ਪੱਤੇ ਵੀ ਛਾਂ ਨਹੀਂ ਦੇਣਗੇ। ਜਾਂ ਇੱਕ ਬੂਟੇ ਨੂੰ ਪੱਤੇ ਨਿਕਲੇ, ਲੋਕਾਂ ਪਛਾਣ ਲਿਆ ਵੀ ਇੱਥੇ ਅੱਕ ਦੇ ਪੱਤੇ ਨੇ, ਇਹਨੇ ਤੇ ਜ਼ਹਿਰ ਵੰਡਣੀ ਹੈ, ਇਹਨੇ ਤੇ ਅੱਕ ਦੀਆਂ ਗੁਠਲੀਆਂ ਦੇਣੀਆਂ ਨੇ, ਖੜੀਆਂ ਦੇਣੀਆਂ ਨੇ ਇਹਨੇ ਤੇ। ਇਸੇ ਤਰ੍ਹਾਂ ਵੈਸਾਖ ਭਲਾ ਸ਼ਾਖਾ ਵੇਸ ਕਰੇ, ਗੁਰੂ ਜੀ ਆਖਦੇ ਨੇ ਵਿਸਾਖ ਤੇ ਚੰਗਾ ਵੇ, ਪਛਾਣ ਦੱਸ ਦਿੰਦਾ ਬੰਦੇ ਦੀ ਬੰਦਾ ਕੀ ਹੈ, ਰੁੱਖ ਦੀ ਪਛਾਣ ਦੱਸ ਦਿੰਦਾ ਵਿਸਾਖ, ਕਿ ਜਦੋਂ ਪੱਤੇ ਅੰਦਰੋਂ ਨਿਕਲਦੇ ਨੇ ਉਸ ਰੁੱਖ ਦੇ ਵਿੱਚੋਂ ਤੇ ਰੁੱਖ ਨੂੰ ਪਛਾਣ ਮਿਲ ਜਾਂਦੀ ਹੈ, ਇਹ ਕੰਡੇ ਵੰਡੇਗਾ, ਇਹ ਜ਼ਹਿਰ ਵੰਡੇਗਾ, ਇਹ ਮਿੱਠੇ ਫਲ ਦੇਗਾ, ਇਹਦੇ ਪੱਤੇ ਕਿਸੇ ਨੂੰ ਛਾਵੇਂ ਨਹੀਂ ਦੇਣਗੇ, ਇਹ ਤੇ ਸਿੰਮਲ ਦਾ ਰੁੱਖ ਹੈ, ਇਹ ਅੱਕ ਦਾ ਰੁੱਖ ਹੈ, ਇਹ ਕਿੱਕਰ ਦਾ ਰੁੱਖ ਹੈ, ਇਹ ਅੰਬ ਦਾ ਰੁੱਖ ਹੈ। ਕਿੰਨਾ ਚੰਗਾ ਹੈ ਜਿਹਨੇ ਪਛਾਣ ਦੱਸ ਦਿੱਤੀ ਰੁੱਖਾਂ ਦੀ ਵੀ ਇੱਦਾਂ ਦਾ ਇਹ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਪੱਤ ਚੜ੍ਹਦੇ ਵਿੱਚ ਵਿਸਾਖ ਜਦੋਂ ਆਉਂਦੀ ਹੈ, ਸਾਡੇ ਅੰਦਰੋਂ ਪੱਤੇ ਨਿਕਲਦੇ ਨੇ ਤੇ ਉਹ ਪੱਤੇ ਸਾਡੀ ਪਛਾਣ ਕਰਾ ਦਿੰਦੇ ਨੇ ਬੰਦਾ ਕਿਹੋ ਜਿਹਾ ਹੈ, ਪੱਤਿਆਂ ਤੋਂ ਸਾਡੀ ਪਛਾਣ ਹੋ ਜਾਂਦੀ ਹੈ, ਪੱਤੇ ਦੱਸ ਦਿੰਦੇ ਨੇ। ਯਾਦ ਰੱਖਿਓ, ਰੁੱਖ ਤੋਂ ਕੋਈ ਬਾਹਰੋਂ ਲਿਆ ਕੇ ਪੱਤੇ ਨਹੀਂ ਲਗਾਉਂਦਾ, ਪੱਤੇ ਜਦੋਂ ਆਉਂਦੇ ਨੇ ਅੰਦਰੋਂ ਹੀ ਆਉਂਦੇ ਨੇ, ਰੁੱਖ ਦੇ ਵਿੱਚੋਂ ਪ੍ਰਗਟ ਹੁੰਦੇ ਨੇ, ਅੰਦਰ ਹੀ ਨੇ ਰੁੱਖ ਦੇ ਵਿੱਚ, ਉਹਦੇ ਵਿੱਚੋਂ ਹੀ ਜਿਹੜੇ ਨੇ ਇਹ ਪੱਤੇ ਪ੍ਰਗਟ ਹੋ ਰਹੇ ਨੇ। ਇਸੇ ਤਰ੍ਹਾਂ ਹੀ ਵਿਸਾਖ ਦਾ ਮਹੀਨਾ ਉਹ ਹੈ, ਜ਼ਿੰਦਗੀ ਦਾ ਉਹ ਸਮਾਂ ਹੈ ਜਿਸ ਸਮੇਂ ਸਾਡੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਮੇਰੇ ਅੰਦਰੋਂ ਕੌੜੇ ਬੋਲ ਨਿਕਲਦੇ ਨੇ, ਮੈਂ ਸਭ ਨੂੰ ਕੌੜਾ ਬੋਲਦਾ ਤੇ ਮੇਰੀ ਪਛਾਣ ਹੋ ਜਾਂਦੀ ਹੈ ਵੀ ਇਹਦੇ ਤੋਂ ਦੂਰ ਰਹੋ, ਇਹ ਤੇ ਬੜਾ ਕ੍ਰੋਧੀ ਬੰਦਾ ਹੈ, ਲੜ ਪੈਂਦਾ ਗੱਲ ਗੱਲ ਤੇ, ਮੇਰੀ ਪਛਾਣ ਹੋ ਗਈ ਮੈਂ ਕ੍ਰੋਧੀ ਰੁੱਖ ਹਾਂ। ਜਦੋਂ ਮੇਰੇ ਅੰਦਰੋਂ ਚੁਗਲੀ ਦੇ ਨਿੰਦਿਆ ਦੇ ਪੱਤੇ ਨਿਕਲਦੇ ਨੇ, ਮੈਂ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ, ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਲੋਕਾਂ ਦੀ ਬਦਖੋਈ ਕਰਨ ਲੱਗ ਜਾਂਦਾ, ਤੇ ਲੋਕ ਪਛਾਣ ਜਾਂਦੇ ਨੇ ਮੇਰੇ ਨਾਲ ਪੱਤਿਆਂ ਤੋਂ, ਇਹ ਤੋਂ ਦੂਰ ਰਹੋ, ਇਹ ਤੇ ਨਿੰਦਕ ਹੈ, ਨਿੰਦਾ ਬੜੀ ਕਰਦਾ ਹੈ, ਇਹ ਤੇ ਚੁਗਲਖੋਰ ਹੈ, ਇੱਕ ਦੀ ਗੱਲ ਦੂਜੇ ਅੱਗੇ ਕਰ ਦਿੰਦਾ ਹੈ, ਚੁਗਲੀਆਂ ਕਰਦਾ ਹੈ। ਜਦੋਂ ਮੇਰੇ ਅੰਦਰੋਂ ਮਿੱਠੇ ਬੋਲ ਨਿਕਲਣਗੇ, ਨਿਮਰਤਾ ਵਾਲੇ ਬੋਲ ਨਿਕਲਣਗੇ, ਤੇ ਉਹ ਪੱਤੇ ਮੇਰੀ ਇੱਕ ਪਛਾਣ ਬਣਾ ਲੈਣਗੇ, ਫਲਾਣਾ ਤੇ ਬਹੁਤ ਮਿਠਾਸ ਨਾਲ ਭਰਿਆ ਹੋਇਆ ਮਿੱਠਾ ਬੋਲਦਾ। ਜਿਹੜੇ ਮੇਰੇ ਅੰਦਰੋਂ ਪੱਤੇ ਨਿਕਲਣੇ ਨੇ, ਬਾਹਰੋਂ ਨਹੀਂ ਆਉਣੇ, ਪੱਤੇ ਮੇਰੇ ਅੰਦਰੋਂ ਪ੍ਰਗਟ ਹੋਣੇ ਨੇ,
और इन्होंने पत्तिया ने मेरी पछाण दस देनी है मैं की हाँ। इस करके बाहरी रुख जड़े ना वह नहीं बदल सकता, उन्होंने जोड़े पत्ते आने ने उही आने ने, पर मनुख एक वह रुख है जिदे पत्ते बदल सकते हैं। मनुख ऐसा रुख है, संसार एक ऐसा रुख है जिदे विच दोनों तरह के पत्ते ने। बिख अमृत करतार उपाए संसार बिरख को दोए फल लाए। संसार दे जीवन दे विच बिख भी है अमृत भी है, मनुख की प्रगट करनी चाहता है उहदे हाथ विच है, कि चीज प्रगट करनी है मनुख दे हाथ विच है, उन्हें की अंदरों प्रगट करना है, और जो अंदरों प्रगट करना है उहदी पछाण बन जानी है। कोई माया अंदरों प्रगट करता है, माया दी गल्लां करता है, माया दी सोचां सोची जांदा है, माया दी काम करता है, लोग आखते हैं दूर रहो ये बंदा लोभी है लालची है, ये तो माया दी गल्लां करी जांदा है। जो रातां नूं लोगों के घर सन मारदा है चोरी करके लियांदा है, प्रगट हो जाते ने इहदे पत्ते, लोग आखते हैं चोर है तो दूर रहो, ये चीजा चुके भज जांदा है जां चोरी कर लैंदा है। निंदिया चुकली झूठ अंदरों निकलेगा, लोग आखते हैं झूठा है, किसी की बेईमानी करेगा, लोग आखणगे बेईमान है। मनुख एक स्थिति है, सिचुएशन है, इसदा कह लो सिचुएशन जिहड़ी है बदली जा सकती है, स्थिति जिहड़ी है बदली जा सकती है, स्थिति नूं बदलिया जा सकता है। मैं इत्थे खड़ा इत्थों मैं सजे भी जा सकता वा, मेरी स्थिति बदल गई, इत्थों खब्बे भी जा सकता स्थिति बदल गई। मनुख वो स्थिति है जिहड़ा अपनी स्थिति तो अपनी सिचुएशन तो थले चला जाए तो पशु तल ते पहुंच जांदा है, पशु बन जांदा है। जे अचेत हो जाए बेहोश हो जाए पशु बन जाता है। निंदा चुगली करे झूठ बोले लालच करे पशुआ वर्गियां प्रवृत्तियां दे अंदर आ जांदियां ने, पशु जगत च जाके पशु बन जांदा है। शरीर भावें मनुखां दा हुंदा है पर इहदे अंदर पशुता भी भरी हुई है, करतूत पशु की मानस जा। शराब दा की काम है, शराब दा बस इन्ना काम है कि ये मनुख नूं उहदी मनुखताई तो थले सुट के पशु बना दिंदी है, तो थले उतरना बड़ा आसान है, पहाड़ तो थले उतरना भी आसान है, बंदा दौड़े चलिया जांदा है, कोई ताकत नहीं लगती, कोई ऊर्जा नहीं लगती। शराब पीनी आसान है, शराब पी के मनुख मनुखता के तल तो डिग जांदा है, पशु हो जांदा है, अचेत हो जांदा है, उहदे वर्गी बेहोशी आ जाती है, पशुआ वांगू सोच नहीं पाता, कोई चंगा बुरा सोच नहीं पाता। पर यही मनुख जे एक कदम उच्चा उठ जाए, एक कदम उच्चा उठ जाए, रब्बी गुणा नूं धारण कर लवे ते रब वर्गा हो जांदा है, रब हो जांदा है। सिचुएशन है, स्थिति है, इन्हें की बनना है, पर चढ़ना बड़ा औखा है। इस करके लोग ना तो पशु बनना चाहते ने ना रब, आखते ने चलो आम जे बने रहो काफी है। धर्म की दुनिया च वह लोग जिहड़े धार्मिक आगुआं पिछे तुर रहे ने, सपाट रस्ते उत्ते तुर रहे ने, जिह मार्ग पंडित गए, भगत कबीर जी दे बचन, कबीर जिह मार्ग पंडित गए पाछै परी बहीर। पर रब बनन वास्ते कोई विरला एफर्ट करता है, एक अवकट घाटी राम की तै चढ़ रहे हो कबीर, कबीर वर्गे एक एक कदम उच्चा उठते ने, घालना घालते ने, संघर्ष करते ने, क्योंकि पहाड़ से चढ़न वास्ते जिगरा बहुत चाहिए, ताकत लगती है, उद्यम चाहिए है, मेहनत चाहिए है, ता जाके बंदा एक एक कदम उच्चा पहुंचता है। फिर जो चोटी ते पहुंच जाता है वह फिर रब वर्गा हो जाता है, फिर रब वर्गा हो जाता है। अब तो जाए चढ़े इन्नी उच्ची चढ़ गया, पहुंच गया सिंहासन, रब दे सिंहासन ते पहुंच गया। अब तो जाए चढ़े सिंहासन मिले सारंग पानी, राम कबीरा एक पए हैं कोई ना सके पछानी। हुण कोई पछाण नहीं सकता राम है कि कबीर है, वो रब दा रूप हो गया, लोग आखते ने भगत कबीर, हुण लोग भगत कह के मान देंदे ने। याद रखियो लोग पहाड़ की चोटी ते चढ़े हुए नूं देख के आखते ने किस्मत वाला है, लकी है, पर जिन्हें उहदे पैरां च छाले देखे ने ना वी चढ़िया किवें है, उहनूं पता है कि किस्मत नहीं मेहनत है, इन्हें संघर्ष किया ता उचाई ते पहुंचे है। उस बंदे दे पैरां दे छाले कोई विरला देखदा है, नहीं तो उचाई ते चढ़े हुए हर कोई कहता है बड़ा लकी है, बड़ा किस्मत वाला है। कोई फर्स्ट डिवीजन लै जाए फलाना बच्चा बड़ा किस्मत वाला है, फर्स्ट आया है, पर जिन्होंने रात जाग जाग के पढ़द्या देखे है उन्होंने पता है भी किस्मत नहीं मेहनत संघर्ष, पता नहीं किन्ना कुछ किया, रात जाग के पढ़िया ता जाके फर्स्ट डिवीजन ते पहुंचा। रब वर्गा होना तो संघर्ष करना पड़ेगा। यही कारण
सिखी धर्म जिहड़ा है, सिखी मत जिहड़ा है, गुरमत जिहड़ी है, वह सपाट रस्ता नहीं है, पौड़ियां वाला रस्ता है। ये तरह पत पवड़ियां, ये पौड़ियां वाला रस्ता है, पार जिहड़ा राह है। इत्थे की है, संत का मार्ग धर्म की पौड़ी, कोवड भागी पाए, ये पौड़ियां वाला रस्ता है, इत्थे उच्चा उठना पैणा, स्थिति है। और जदों मनुख दोनों गुणों नूं लैके बैठा होवे, बिख भी अंदर अंदर होवे, अमृत भी अंदर होवे, अक वाली जहर भी अंदर होवे, अंब वाली मिठास भी अंदर होवे, ते की प्रगट करना है, ये भी मनुख दे हाथ विच होवे, फिर ते दोष मनुख दा बणदा है ना, प्रगट की कर रहा है। चीजां दोनों अंदर ने, पत्तियां ने बाहरों नहीं आके लगना, पत्तियां ने अंदरों प्रगट होना है। ते जिहो जिहे पत्ते प्रगट हो जाते हैं, असीं कहिंदे आ उहो जिहा रुख हो जाता है। अंब के पत्ते लग जाण, असीं कहिंदे आ मिठे फल देगा। अक दे पत्ते लग जाण, असीं कहिंदे आ जहरीलियां खखड़ियां देगा। ਉਹ ਵਾਲੇ ਬੂਟੇ ਰੁੱਖ ਤੇ ਜਿਹੋ ਜਿਹੇ ਜਿਸ ਚੀਜ਼ ਦੇ ਹਨ ਉਹੀ ਚੀਜ਼ ਦੇਣਗੇ। ਪਰ ਮਨੁੱਖ ਇੱਕ ਉਹ ਸਥਿਤੀ ਹੈ, ਉਹ ਰੁੱਖ ਹੈ ਜਿਹੜਾ ਦੋਨੋਂ ਹੀ ਸੰਭਾਵਨਾਵਾਂ ਅੰਦਰ ਲੁਕਾਈ ਬੈਠਾ ਹੈ। ਉਹ ਚਾਹੇ ਅੰਬ ਵਰਗੀ ਮਿਠਾਸ ਜ਼ਿੰਦਗੀ 'ਚ ਪੈਦਾ ਕਰ ਲਵੇ, ਉਹ ਚਾਹੇ ਤੇ ਅੱਕ ਵਰਗੀ ਜ਼ਹਿਰ ਪੈਦਾ ਕਰ ਲਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਕੀਤਾ, ਉਹਨਾਂ ਨੇ ਇੱਕ ਵਿਸਾਖ ਹੀ ਚੁਣਿਆ। ਉਹਦੇ ਪਿੱਛੇ ਦੋ ਤਿੰਨ ਕਾਰਨ ਸਨ। ਸਭ ਤੋਂ ਵੱਡਾ ਕਾਰਨ ਤੇ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਇੱਕ ਵਿਸਾਖ ਨੂੰ ਮੰਨਿਆ ਗਿਆ ਸਾਡੇ ਧਾਰਮਿਕ ਸਰੋਤਾਂ ਦੇ ਵਿੱਚ। ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਦੇ ਉੱਪਰ ਵੀ ਇੱਕ ਵਿਸਾਖ ਹੀ ਲਿਖਿਆ ਹੋਇਆ, ਜਿਸ ਤੋਂ ਗੁਰੂ ਨਾਨਕ ਦੇ ਮਤ ਦੀ ਸ਼ੁਰੂਆਤ ਹੋਈ ਸੀ, ਗੁਰਮਤ ਦੀ ਸ਼ੁਰੂਆਤ ਹੋਈ ਸੀ। ਇੱਕ ਤੇ ਕਾਰਨ ਇਹ ਵੀ ਹੋ ਸਕਦਾ ਹੈ, ਇੱਕ ਵਿਸਾਖ ਚੁਣਨ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ, ਤੇ ਦੂਜਾ ਇੱਕ ਵਿਸਾਖ ਚੁਣਨ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ। ਉਹ ਕਾਰਨ ਕੀ ਹੈ? ਭਾਰਤ ਦੀ ਧਰਤੀ ਤੇ ਮਜ਼ਲੂਮ ਲੋਕ ਨੇ, ਲਤਾੜੇ ਹੋਏ ਲੋਕ ਨੇ, ਜਿਨ੍ਹਾਂ ਨੂੰ ਲੋਕ ਅਖੌਤੀ ਸ਼ੂਦਰ ਦਲਿਤ ਕਹਿੰਦੇ ਨੇ, ਬੜਾ ਕੁਛ ਕਹਿੰਦੇ ਨੇ, ਜ਼ੁਲਮਾਂ ਨੂੰ ਸਹਾਰਨ ਵਾਲੇ ਮਜ਼ਲੂਮ ਲੋਕ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਬਚਨ ਕੀਤਾ ਸੀ ਕਿ ਮੈਂ ਇਹਨਾਂ ਦੀ ਰੂਪ ਰੇਖਾ ਹੀ ਬਦਲ ਦਿਆਂਗਾ। ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਹੋਏ, ਚਾਂਦਨੀ ਚੌਂਕ 'ਚ ਬਿਠਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਭਾਈ ਜੈਤਾ ਜੀ ਸੀਸ ਲੈ ਕੇ ਆਏ। ਸਤਿਗੁਰੂ ਨੇ ਸਵਾਲ ਕੀਤਾ ਸੀ, ਭਾਈ ਜੈਤਾ ਜੀ ਪਿਤਾ ਜੀ ਦੀ ਸ਼ਹਾਦਤ ਵੇਲੇ ਕਿੰਨੇ ਕੁ ਲੋਕ ਸਨ? ਕਹਿਣ ਲੱਗਾ ਹਜ਼ਾਰਾਂ ਦਾ ਇਕੱਠ ਸੀ, ਲੱਖਾਂ ਲੋਕ ਆਏ ਸਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅੱਛਾ, ਇਹਨਾਂ ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਸਿੱਖ ਕਿੰਨੇ ਕੁ ਸਨ? ਭਾਈ ਜੈਤਾ ਜੀ ਕਹਿਣ ਲੱਗੇ, ਮੈਂ ਪਛਾਣ ਨਹੀਂ ਸਕਿਆ, ਸਾਰੇ ਇੱਕੋ ਜਿਹੇ ਸਨ, ਕਿੱਥੇ ਪਛਾਣ ਹੋਣੀ ਸੀ, ਸਾਰੇ ਇੱਕੋ ਜਿਹੇ ਸਨ। ਬਲਕਿ ਜੇ ਕੋਈ ਸਿੱਖ ਹੋਏਗਾ ਵੀ ਕੀ ਪਤਾ, ਅੱਗੇ ਨਾ ਆਵੇ, ਕਿਤੇ ਮੈਨੂੰ ਵੀ ਨਾ ਫੜ ਲੈਣ, ਇੱਕੋ ਜਿਹੇ ਸਨ ਸਾਰੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਫਿਰ ਜੈਤਿਆ ਘਬਰਾਣਾ, ਆਉਣ ਵਾਲੇ ਸਮੇਂ ਸਾਰੇ ਸ਼ੰਕੇ ਦੂਰ ਕਰ ਦਿਆਂਗਾ, ਗੁਰੂ ਨਾਨਕ ਦੇ ਸਿੱਖ ਨੂੰ ਕੈਸੀ ਪਛਾਣ ਦਿਆਂਗਾ, ਉਹ ਲੱਖਾਂ ਦੇ ਇਕੱਠ 'ਚ ਵੀ ਖੜਾ ਹੋਵੇ, ਲੋਕ ਦੂਰੋਂ ਦੇਖ ਕੇ ਕਹਿ ਦੇਣਗੇ ਇਹ ਗੁਰੂ ਨਾਨਕ ਦਾ ਸਿੱਖ ਹੈ। ਗੁਰੂ ਨਾਨਕ ਦੇ ਸਿੱਖ ਨੂੰ ਕੈਸੀ ਵੱਖਰੀ ਪਛਾਣ ਦੇ ਦਿਆਂਗਾ, ਉਹ ਕਰੋੜਾਂ ਦੇ ਇਕੱਠ 'ਚ ਵੀ ਖੜਾ ਹੋਵੇ, ਲੋਕ ਦੂਰੋਂ ਦੇਖ ਕੇ ਕਹਿ ਦੇਣਗੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਪਰ ਉਹ ਸਮਾਂ ਆਇਆ ਜਦੋਂ ਭੰਗਾਣੀ ਦਾ ਜੰਗ ਹੋਇਆ, ਪਹਾੜੀ ਰਾਜੇ ਹਾਰ ਗਏ, ਸੰਧੀ ਕਰਨ ਆਏ, ਤੇ ਉਹਨਾਂ ਨੇ ਵੀ ਸਵਾਲ ਕੀਤਾ ਸੀ, ਆ ਨੀਚ ਲੋਕਾਂ ਨੂੰ ਆਪਣੇ ਦਰਬਾਰ 'ਚ ਥਾਂ ਦਿੱਤੀ ਤੁਸੀਂ, ਕੋਈ ਜੱਟ ਹੈ, ਕੋਈ ਛੀਂਬਾ ਹੈ, ਕੋਈ ਚੂਰ ਹੈ, ਕੋਈ ਨਾਈ ਹੈ, ਕਿਉਂਕਿ ਬ੍ਰਾਹਮਣ ਮੁਤਾਬਕ ਇਹ ਸਾਰੇ ਨੀਵੀਂ ਜਾਤ ਦੇ ਮੰਨੇ ਗਏ ਨੇ, ਇਹਨਾਂ ਨੂੰ ਤੁਸੀਂ ਆਪਣੇ ਘਰ ਥਾਂ ਦਿੱਤੀ ਹੋਈ ਹੈ, ਸਾਡੇ ਵਰਗੇ ਉੱਚ ਜਾਤੀ ਰਾਜਪੂਤ ਰਾਜਿਆਂ ਨੂੰ ਤੁਸੀਂ ਪਰੇ ਕੀਤਾ ਹੈ, ਸਾਡੇ ਨਾਲ ਹੱਥ ਮਿਲਾਓ, ਪੂਰੇ ਦੇਸ਼ ਤੇ ਰਾਜ ਕਰਾਂਗੇ। ਕਲਗੀ ਤਰ੍ਹਾਂ ਹੱਸ ਪਏ, ਉਹ ਪਹਾੜੀ ਰਾਜਿਓ ਜਿਨ੍ਹਾਂ ਨੂੰ ਤੁਸੀਂ ਨੀਚ ਮਜ਼ਲੂਮ ਕਹਿੰਦੇ ਹੋ, ਇਹਨਾਂ ਨੇ ਤੁਹਾਡੇ ਮੂੰਹ ਪਵਾਏ ਨੇ, ਇਹਨਾਂ ਦੇ ਸਿਰ ਤੇ ਮੈਂ ਭਗਾਣੀ ਦਾ ਜੰਗ ਜਿੱਤ ਕੇ ਆਇਆ, ਇਹਨਾਂ ਨੇ ਤੁਹਾਡੀਆਂ ਦੌੜਾਂ ਲਵਾਈਆਂ ਨੇ, ਜਿਨ੍ਹਾਂ ਨੂੰ ਤੁਸੀਂ ਨੀਚ ਮਜ਼ਲੂਮ ਕਹਿ ਰਹੇ ਹੋ, ਮਜ਼ਲੂਮ ਨਹੀਂ, ਇਹ ਤਕੜੇ ਨੇ, ਬਹਾਦਰ ਨੇ, ਮਹਾਂਬਲੀ ਨੇ। ਜੇ ਤੁਸੀਂ ਜਿਉਂਦੇ ਰਹੇ, ਨਿਰਚ ਸਾਹ ਰਹੇ, ਆਉਣ ਵਾਲੇ ਸਮੇਂ ਇੱਕ ਐਸਾ ਕੌਤਕ ਕਰਾਂਗਾ, ਜਿਨ੍ਹਾਂ ਨੂੰ ਤੁਸੀਂ ਚਿੜੀਆਂ ਕਹਿ ਕੇ ਖੰਭ ਕੱਟੇ, ਇਹਨਾਂ ਚਿੜੀਆਂ 'ਚ ਇੰਨੀ ਤਾਕਤ ਭਰਾਂਗਾ, ਇਹ ਬਾਜਾਂ ਨੂੰ ਤੋੜ ਤੋੜ ਕੇ ਜ਼ਮੀਨ 'ਤੇ ਸੁੱਟਿਆ ਕਰਨਗੀਆਂ। ਜਿਨ੍ਹਾਂ ਨੂੰ ਭੇਡਾਂ ਕਹਿ ਕੇ ਕੰਨ ਫੜ ਕੇ ਜਿੱਧਰ ਮਰਜ਼ੀ ਲੈ ਤੁਰੇ, ਇਹਨਾਂ ਭੇਡਾਂ 'ਚ ਐਸੀ ਸ਼ਕਤੀ ਭਰਾਂਗਾ, ਸ਼ੇਰਾਂ ਦਾ ਮੁਕਾਬਲਾ ਕਰਨਗੀਆਂ। ਜਿਨ੍ਹਾਂ ਨੂੰ ਕਮਜ਼ੋਰ ਨੀਚ ਕਹਿੰਦੇ ਹੋ, ਇਹਨਾਂ 'ਚ ਐਸੀ ਤਾਕਤ ਭਰਾਂਗਾ, ਇਹ ਵੱਡੇ ਵੱਡੇ ਬਾਦਸ਼ਾਹਾਂ ਨਾਲ ਟਕਰਾ ਜਾਇਆ ਕਰਨਗੇ। ਭੇੜੋਂ ਕੇ ਸੰਗ ਸ਼ੇਰ ਲੜਾਊਂ, ਚਿੜੀਓਂ ਕੇ ਸੰਗ ਬਾਜ ਤੁੜਾਊਂ, ਰਾਜਨ ਕੇ ਸੰਗ ਰੰਕ ਲੜਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।
इन्होंने एक नवी पछाण देंगा, इन्हों की पछाण नहीं है। जिन्होंने मैं पछाण दे के जावगा वो लताड़े हुए लोग जिन्हें कभी सुपने च नहीं सोचा सानू कोई सरदार कहेगा, जिन्होंने मैं थाप के जावगा लोग उन्होंने नाम तो पहला सरदार, नाम तो बाद सिंह ते कौर कह के सत्कार दिया करेंगे। जाकि जात गोत कुल माही सरदारी ना पई कदाही, इन्हीं को सरदार बनाऊ तब गोबिंद सिंह नाम कहाऊ। एक पछाण दे के जावगा। सतगुरु ने एक विसाख चुनिया, विसाख प्रतीक है कि जो टाणियां नू नवा पहरावा मिलता है उन्हां रुखां दी पछाण हो जाती है की ने अखोती नीच जात दे लोक लताड़े हुए जिन्हां दी इस धरती ते पछाण कोई नहीं सी, उन्हां नू पछाण देण वास्ते प्रतीक वजो सिंबोलिक वजो विसाख दा दिन चुन लिया। अज दे दिन मैं भी तुहानू एक नवी पछाण देंगा, एक ऐसी वक्री नवी पछाण देंगा, लोग तुहाडे वल देख के दूरों देख के कह देणगे इह गुरु नानक दा सिख है, इह गुरु गोबिंद सिंह दा खालसा है। वक्री पछाण दित्ती। कलगीधर पातशाह जी ने पत्ते लाए, दलेरी दे पत्ते पैदा किते, तुहाडे अंदर दलेरी आ जाए, दलेरी दे पत्ते अंदरों पैदा कर दित्ते, सच्चाई दे पत्ते अंदरों पैदा कर दित्ते। पत्ते ते लगे पर दृढ़ता दे पत्ते लग गए, सिदक दे पत्ते लग गए, निर्भयता दे पत्ते लग गए। ऐसे निर्भयता दे जिहड़े कहिंदे सी काम हमारा तुलन तकड़ी, नंगी करत कबू नहीं पकड़ी, चिड़े उड़े डर से मर जाए, दुश्मन से कैसे लड़ पाए, ऐसी दलेरी निर्भयता दे पत्ते अंदरों पैदा कर दिते कि उही लोग वड्डे वड्डे जालमां दे नाल जाके टकरा गए। उही लोग आखदे ने कि गगन दमामा बाजी उपर निशाने काओ, खेत जो मांडियो सूरमा जूझन को दाओ। उही लोग आखदे ने कि जो तो प्रेम खेलन का चाओ, सिर तरतली गली मरी आओ, इत मार्ग पैर धिरी जाए, सिर दीजे कान ना कीजे, गुरु ने सिर दी दात मंगी ते वह आखदे ने सी हाजर हाँ। सूरा सो पहचानिया जो लड़ै दीन के हेत, पुरजा पुरजा कट मरै कबू ना छाड़े खेत। वह सूरमे जिहड़े पैर पिछे नहीं हटाणगे। दलेरी दे पत्ते अंदरों निकल आए, लोग आखदे ने सिख बहादुर ने। सच्चाई दे पत्ते अंदरों पैदा हो गए, एक नवी पछाण सिख नूं मिल गई, लोग आखदे ने गुरु नानक दा सिख सच्चा हुंदा है। जे किते किसी केस दे विच एक सिख जाके गवाही दे दिंदा सी, उहदी गवाही नूं सारियां गवाहियां दे पैरलर सच्चा मन्निया जांदा सी, बाकी सब झूठियां मन लित्तियां जांदियां सन, क्योंकि गुरु नानक दा सिख ते कदी झूठ नहीं बोलदा, इह ते सच ही बोलदा है। नवी पछाण दे दित्ती गुरु नानक दे सिख नूं, एक नवा पत्ता अंदरों पैदा कर दिता उच्चे आचरण का। लोग आखते ने सिख का आचरण बड़ा उच्चा है। साढ़े इतिहास किन्ने कु ऐसे वाकया ने कि जो कोई सुंदर औरत आके किसी बहादुर जरनैल नूं आखदी है कि मैं चाहनी हाँ तेरे वर्गा पुत्र मेरे घर होवे, ते ऐसे ऐसे जरनैल उच्चे आचरण किरदार वाले आखते ने कि मां मैं ही तेरा पुत्र हाँ, मां कह के सारी महल तो दिंदे ने। किन्ने कु ऐसे ने, एक नहीं किन्ने ही ने इतिहास उच्च वाकया। लोग आखते ने सिख का आचरण बड़ा उच्चा होंगे। कोई धी भैन सफर करती हो, एक सरदार नू देख के कोल जाके बह जाती है, हुण मैं बिल्कुल सेफ हाँ, दुनिया की सब तो सुरक्षित जगह पर बैठी हाँ, क्योंकि मेरे नाल गुरु नानक का सिख बैठे है। ना कमाल, एक नवी पछाण दे दी गुरु गोबिंद सिंह पातशाह ने, सच्चाई की दलेरी की उच्चे आचरण का किरदार कर दिता। इस वेस ने पछाण ने दुनिया नू सिख दे विच वखरा दिखा दिता कि गुरसिख की आइडेंटिटी वक्री है। सतगुरु पातशाह जी के अज के बचन कह लगे, इस करके विसाख बड़ा भला है, जो किसी के पत्ते प्रकट होंगे ने उन्होंने रूप दे देंगे। ये स्थिति है, ये अवस्था है जिद कोई बंदा छुपया नहीं रह जाता, निंदा करने वाले के पत्ते निकल आते हैं, पता लग जाता है निंदक है, झूठ बोलन वाले के पत्ते निकल जाते हैं, वो झूठ के पत्ते पछाण दे देंगे ने ये रुख ये बंदा झूठा है। लोभी की पछाण हो जाती है, बेईमान की पछाण हो जाती है, चोर डाकू लुटेरे की पछाण हो जाती है। इस तरह जो कोई सच बोलता है अंदरों सच प्रगट होंदा उसकी पछाण हो जाती है, बंदा सच्चा है, यह बंदा ईमानदार है, यह बंदा उच्चे आचरण वाला है, यह बंदा निरभय है, इनू किसी का डर नहीं है। इस करके विसाख चंगा लगता है जिहड़ा किसी की पछाण दस दिंदा है बंदा है कि सारा कुछ तो बाहर दुनिया च प्रगट हो जाता है। ते गुरु जी अगों आखते ने कि कितने मेरे अंदरों कितने रब प्रगट हो जाए, क्योंकि दोनों चीजा ने बिख अमृत करतार उपाय संसार बिरको दोए फल लाए। अंदर बिख भी है
अंदर अमृत भी है। करतार ने संसार के जीवन च दोनों गुण पैदा किए ने। जे रब वर्गे पैदा होना है, अमृत वर्गे होना है, तो अंदरों रबी गुण प्रगट करने पैणगे। तन देखे हर द्वार आवो दया करे। जीव इस्त्री जड़ी है दरवाजे च खलोती तकदी है, हे प्रभु तू आ मेरे ते तरस करके आ, ते खड़ी हो दरवाजे दे विच, दरवाजे च खलो के तक रही है ते कह रही है तू आ मेरे प्रभु, मेरे ते तरस कर, मेरे ते तरस करके तू आ, आ के मैनू दर्शन दे, मैं तेरे दर्शन लोचना चाहनी हूं। ਇਹ ਤੇ ਸਰ ਹੈ ਮਾਨੋ ਜਿਵੇਂ ਕੋਈ ਰੁੱਖ ਬਾਹਰੋਂ ਉਡੀਕ ਕਰੇ ਕਿ ਕੋਈ ਆ ਕੇ ਮੈਨੂੰ ਪੱਤੇ ਲਗਾ ਦੇਵੇ, ਕੋਈ ਆ ਕੇ ਮੇਰੇ ਟਾਹਣੀਆਂ ਤੇ ਪੱਤੇ ਲਗਾ ਜਾਵੇ, ਕੋਈ ਆ ਕੇ ਮੈਨੂੰ ਫੁੱਲ ਲਗਾ ਜਾਏ, ਕੋਈ ਆ ਕੇ ਮੈਨੂੰ ਫਲ ਲਗਾ ਜਾਏ, ਮੈਂ ਵੀ ਦੇਖਣ ਨੂੰ ਸੋਹਣਾ ਲੱਗਾ, ਮੇਰੀ ਵੀ ਪਛਾਣ ਹੋ ਜਾਏ, ਕੋਈ ਆ ਜਾਏ। ਇਸੇ ਤਰ੍ਹਾਂ ਜੀਵ ਇਸਤਰੀ ਜਿਹੜੀ ਉਹ ਬਾਹਰੋਂ ਉਡੀਕਦੀ ਹੈ ਕਿ ਬਾਹਰੋਂ ਮੇਰਾ ਪ੍ਰਭੂ ਆ ਜਾਏ ਮੇਰੇ ਜੀਵਨ ਦੇ ਵਿੱਚ। ਤਨ ਦੇਖੇ हर द्वार आवो दया करे। वो दरवाजे च खलोती है, दरवाजे च खलो के देख रही है, जिन्होंने गुरजन देव पातशाह जी ने कह दिता सी, एक क्यों बिस्तर है यह लाल प्यारो, सर्ब गुणा सुखदायो, मंदिर चर कै पंथ निहारो, नैन नीर भर आयो। मैं तो छत खलो की एक टक रस्ते वाल देखदी हाँ, तो रस्ते वाल एक टक देखदा देखदा मेरी अखा चो आंसू आ गए, मेरा प्रभु नहीं आया, नैन नीर पर आयो, अखा च पानी आ गया, अखा च नीर आ गया, मेरा प्रभु नहीं आया। एक टक देखती हाँ, अखा च हांजू आ गए, जिन्हों असी बाणी च पढ़ते हाँ कि जो जीव इस्त्री एक टक देखती है और पुकार करती है, कदों मेरा प्रीतम आएगा, कदों मेरे जीवन दे विच प्रगट होएगा, कदों मेनू आके दर्शन देगा। मनुख भी जेड़ा ना रब नू बाहरों उड़ीक रहे है, दरवाजे च खलो के कि बाहरों रब आएगा आके मेनू दर्शन देगा। उडो ता कागा कारे, बेग मिली जाए अपने राम प्यारे, ऐ कांजरा उड़ मैं अपने राम प्यारे दे जाके दर्शन करा। पंथ निहारे कामनी, वह भी रस्ते वाल देख रही है, पंथ निहारे कामनी, लोचन भरीले उसासा ओदियां भी अखां च हंझू आ गए, वह भी उसासा मैंने होके लैंदी है, औखे होके साह लैंदी है। पंथ निहारे कामनी, लोचन भरीले उसासा, उरना पिजे उरना पिजे पगना खिसे, हर दर्शन की आसा। ओदी भी आस है हरी दे दर्शन हो जाण, रब दे दर्शन हो जाण। ओ उड़ीकदी है कांज रब उड़ के देख किया कित्थे को आ गया मेरा प्रीतम। उडो ता कागा, उडो ना कागा कारे, बेग मिली जाए अपने राम प्यारे, मैं अपने राम प्यारे नूं जाके जल्दी मिला, अपने राम प्यारे नूं आके मिला। इत्थे भी जीव इस्त्री जिहड़ी है इह भी बाहरों रब नूं उड़ीक रही है, बाहरों दरवाजे च खलो के देखदी है कि आ जाए मेरे ते तरस खा के मैनूं आके दर्शन देवे। तन देखे जीव इस्त्री देखदी है हर द्वार, हरी नूं देखदी है द्वार विच खलो के कि कदों आएगा, दरवाजे च खलो के रब की उड़ीक करती है, नाले पुकार करती है, आवो दया करे, मेरे ते तरस खा के आ जाओ दर्शन दियो। ते जे रब नहीं आ रहा तो रब दया नहीं कर रहा, फिर तरस नहीं खा रहा, फिर दयालु कदा होया जे आएगा ही नहीं। वो पुकार कर रही है तू दया करके आ, तरस करके आ, जे रब दयालु है हुण तक आ जाना चाहिए सी। किन्ने लोग ने जोगी जती ब्रह्मचारी जेड़े जंगलों पहाड़ों च बैठ के दिन रात पुकार ही रहे ने, कदों आएगा कदों आएगा, अलख 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 पुकार रहे ने, कोई राम 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 अल्लाह खुदा वाहगुरु पुकार ही जा रहे ने, आ नहीं रहा। किन्ने लोग ने जेड़े पुकार रहे ने, रब नूं उन्हां ते दया नहीं आती, रब नूं उन्हां ते तरस नहीं आता। तन देखे हर द्वार आवो दया करे, मेरे ते तरस करके आ जाओ, घर आओ प्यारे, दुतर तारे दुद्ध बिन अड़ ना मोलो, ही मेरे प्यारे घर विच आ जाओ। आ जरा विकारां दा औखा तरिया जाण वाला सागर है, इह तों तरस लगा दिओ मैनूं पार लंघा दिओ। दुद्ध बिन अड़ ना मोलो, तुहाडे तों बिना मेरा अद्धी कोटी मुल नहीं है। सुभाविक है जिस रुख दे ना पत्ते होण, ना फुल होवे, ना फल होण, उहदा काहदा मुल,
ਉੱਥੇ ਫਰਨੀਚਰ ਹੀ ਬਣਾਇਆ ਜਾ ਸਕਦਾ, ਉਹ ਕਿਸਮ ਦੇਤੀ ਕੁਛ ਨਹੀਂ ਰਿਹਾ, ਹੁਣ ਤਾਂ ਵੱਢਣਾ ਹੀ ਪਏਗਾ। ਵੱਢ ਕੇ ਹੀ ਉਹ ਕਿਸੇ ਕੰਮ ਆ ਸਕਦਾ, ਭਾਵੇਂ ਅੱਗ ਜਾਲਣ ਦੇ ਕੰਮ ਆਵੇ ਤੇ ਚਾਹੇ ਫਰਨੀਚਰ ਬਣਾਉਣ ਦੇ, ਪਰ ਜਿੰਨਾ ਚਿਰ ਖੜਾ ਉਨਾ ਚਿਰ ਕਿਸੇ ਨੂੰ ਕੁਛ ਨਹੀਂ ਦੇ ਰਿਹਾ। ਸਿਮਲ ਵਰਗੇ ਤੇ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੇ ਪੱਤੇ ਹੁੰਦੇ ਨੇ ਪਰ ਕਿਸੇ ਕੰਮ ਦੇ ਨਹੀਂ, ਛਾਂ ਵੀ ਨਹੀਂ ਦਿੰਦੇ। ਫੁੱਲ ਉਹ ਵੀ ਬਕਬਕੇ ਜਿਹੇ ਹੁੰਦੇ ਨੇ, ਸੁਗੰਧੀ ਨਹੀਂ। ਫਲ ਉਹ ਵੀ ਬੇਸਵਾਦੇ ਹੁੰਦੇ ਨੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਪੱਕ ਪੱਕੇ ਤਮ ਨਾ ਆਵੇਂ ਪੱਤ। ਮੁੱਲ ਨਹੀਂ ਪੈ ਰਿਹਾ, ਕੀ ਕਰਾਂ ਮਾਲਕਾ, ਜੇ ਮੇਰੀ ਪਛਾਣ ਨਹੀਂ ਹੋਏਗੀ ਮੁੱਲ ਕਿਵੇਂ ਪਏਗਾ। ਇੱਕ ਰੁੱਖ ਖੜਿਆ ਹੋਵੇ, ਨਾ ਪੱਤੇ ਨਾ ਫੁੱਲ ਨਾ ਫਲ, ਕੱਲੀਆਂ ਟਾਹਣੀਆਂ ਹੋਣ, ਉਹ ਕਿਸੇ ਨੂੰ ਕੀ ਦੇਗਾ? ਉਹ ਛਾਂ ਵੀ ਨਹੀਂ ਦੇ ਸਕਦਾ ਕਿਸੇ ਨੂੰ। ਉਹਨੂੰ ਵੱਢ ਕੇ ਤੇ ਭਾਵੇਂ ਉਹਦੇ ਤੋਂ ਕੋਈ ਕੰਮ ਲਿਆ ਜਾ ਸਕਦੇ, ਪਰ ਜਿੰਨਾ ਚਿਰ ਉਹ ਖੜਾ, ਜਿੰਨਾ ਚਿਰ ਜਿਉਂਦਾ, ਉਨਾ ਚਿਰ ਉਹ ਕਿਸੇ ਕੰਮ ਦੇਣ ਵਾਲਾ ਨਹੀਂ ਹੈ। ਇਸ ਕਰਕੇ ਮੇਰੀ ਕੀਮਤ ਕੋਈ ਨਹੀਂ ਮਾਲਕਾ, ਮੇਰੇ ਕੋਲ ਨਾ ਪੱਤੇ ਨੇ, ਨਾ ਮੇਰੇ ਕੋਲ ਸੁਗੰਧ ਦੁਨੀਆਂ ਨੂੰ ਵੰਡਣ ਵਾਸਤੇ ਮਿੱਠੇ ਸੋਹਣੇ ਫੁੱਲ ਨੇ, ਨਾ ਮੇਰੇ ਕੋਲ ਦੁਨੀਆਂ ਨੂੰ ਮਿਠਾਸ ਦੇਣ ਵਾਸਤੇ ਫਲ ਨੇ। ਤੇਰੇ ਤੋਂ ਬਿਨਾਂ ਤੇ ਮੇਰਾ ਅੱਧੀ ਕੌਡੀ ਵੀ ਮੁੱਲ ਨਹੀਂ ਹੈ। ਪਰ ਜੇਕਰ ਤੂੰ ਆ ਜਾਏ, ਤੇਰੇ ਦੀਦਾਰ ਹੋ ਜਾਣ, ਤੈਨੂੰ ਮੈਂ ਪਾ ਜਾਵਾਂ, ਕੀਮਤ ਕੌਣ ਕਰੇ? ਫਿਰ ਕਿਹੜੀ ਧਿਰ ਮੇਰੀ ਕੀਮਤ ਲਾ ਸਕਦੀ ਹੈ? ਫਿਰ ਕੌਣ ਮੇਰਾ ਮੁੱਲ ਪਾ ਸਕਦਾ? ਤੁਦ ਭਾਵਾਂ ਜੇ ਮੈਂ ਤੈਨੂੰ ਪਾ ਜਾਵਾਂ, ਤੈਨੂੰ ਚੰਗੀ ਲੱਗਾ, ਫਿਰ ਮੇਰੀ ਕੀਮਤ ਕੋਈ ਨਹੀਂ ਲਾ ਸਕਦਾ। ਦੇਖ ਦਿਖਾਵੈ ਢੋਲੋ, ਕੋਈ ਕੋਈ ਮਨੁੱਖ ਉਸ ਪ੍ਰਭੂ ਨੂੰ ਆਪ ਦੇਖ ਕੇ ਮੁੜ ਕੇ ਮੈਨੂੰ ਵੀ ਦਿਖਾ ਦੇਵੇ। ਉਹ ਢੋਲੋ, ਉਹ ਮੇਰਾ ਪਤੀ, ਕੋਈ ਵੀ ਉਸ ਉਹਨੂੰ ਦੇਖ ਕੇ ਮੈਨੂੰ ਵੀ ਦਿਖਾ ਦੇਵੇ। ਫਿਰ ਕਿਸੇ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਆਖਰੀ ਦੋ ਤੁੱਕਾਂ ਚ ਆਪਣਾ ਮਤ ਦਿੱਤਾ। ਉਹ ਕਿਹੜਾ ਮਤ ਦਿੱਤਾ? ਇਹ ਜੀਵ ਇਸਤਰੀ ਬਾਹਰੋਂ ਖਲੋ ਕੇ ਸਾਰੀ ਜ਼ਿੰਦਗੀ ਉਡੀਕੀ, ਚੱਲ ਉਹਨੇ ਬਾਹਰੋਂ ਥੋੜੇ ਆਉਣਾ। ਪੱਤੇ ਕਦੀ ਬਾਹਰੋਂ ਨਹੀਂ ਆ ਕੇ ਕੋਈ ਲਗਾ ਕੇ ਜਾਂਦਾ, ਟਾਹਣੀਆਂ ਦੇ ਉੱਪਰ ਬਾਹਰੋਂ ਕੋਈ ਫੁੱਲ ਨਹੀਂ ਆ ਕੇ ਲਗਾ ਕੇ ਜਾਂਦਾ, ਬਾਹਰੋਂ ਫਲ ਨਹੀਂ ਲਗਾਉਂਦਾ। ਉਸ ਟਾਹਣੀਆਂ ਦੇ ਅੰਦਰੋਂ ਹੀ ਪੱਤੇ ਨਿਕਲਦੇ ਨੇ, ਅੰਦਰੋਂ ਹੀ ਫੁੱਲ ਪੈਦਾ ਹੁੰਦੇ ਨੇ, ਫੁੱਲ ਖਿੜਦੇ ਨੇ, ਸੁਗੰਧੀ ਬਣਦੇ ਨੇ। ਉਹੀ ਫੁੱਲ ਜਿਹੜੇ ਨੇ ਫਲ ਬਣ ਕੇ ਦੁਨੀਆਂ ਨੂੰ ਮਿਠਾਸ ਦਿੰਦੇ ਨੇ, ਰਜਾ ਦਿੰਦੇ ਨੇ। ਉਹਨੇ ਬਾਹਰੋਂ ਥੋੜੇ ਆਉਣੇ। ਗੁਰੂ ਮਾਂ ਇਹੀ ਆਖਦੀ ਹੈ ਜੀਵ ਇਸਤਰੀ ਨੂੰ, ਜਦੋਂ ਜੀਵ ਇਸਤਰੀ ਨੇ ਕਿਹਾ ਨਾ, ਕਿਉਂ ਬਿਸਤਰਾ ਇਹ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, ਮੰਦਰ ਚੜ ਕੇ ਪੰਥ ਨਿਹਾਰੋ, ਨੈਣ ਨੀਰ ਪਾਰਾਇਓ। ਤੇ ਗੁਰੂ ਮਾਂ ਨੇ ਇੱਕ ਗੱਲ ਸਮਝਾਈ ਸੀ, ਧੀਏ ਬਾਹਰ ਖਲੋ ਖਲੋ ਕੇ ਨਾ ਦੇਖ, ਛੱਤ ਤੇ ਚੜ ਚੜ ਕੇ ਦੂਰੋਂ ਨਾ ਦੇਖ ਵੀ ਕਦੋਂ ਮੇਰਾ ਪਤੀ ਆਏ, ਉਹ ਤੇ ਘਰ ਚ ਹੀ ਬੈਠੇ। ਤੇਰੇ ਤੇ ਉਹਦੇ ਵਿਚਕਾਰ ਇੱਕ ਪਤਲਾ ਜਿਹਾ ਪਰਦਾ ਹੰਕਾਰ ਦਾ। ਤੂੰ ਕਹਿੰਦੀ ਹੈ ਮੈਂ ਵੱਖ ਹਾਂ, ਉਹ ਵੱਖ ਹੈ। ਜਿਹੜੀ ਤੇਰੀ ਈਗੋ ਹੈ ਨਾ, ਇਹਨੇ ਤੈਨੂੰ ਤੇਰੇ ਪ੍ਰਭੂ ਤੋਂ ਵਿਛੋੜ ਰੱਖਿਆ ਹੈ। ਹੋਂ ਹੋਂ ਭੀਤ ਪਇਓ ਹੈ ਬੀਚੋ, ਤੇਰੇ ਤੇ ਉਹਦੇ ਵਿਚਕਾਰ ਇੱਕ ਹੋਮੇ ਦੀ ਭੀਤ ਮੈਨੇ ਦੀਵਾਰ ਹੈ। ਸੁਨਤ ਦੇਸ਼ ਨਿਕਟਾਏ, ਉਹ ਪ੍ਰਦੇਸ਼ ਥੋੜੇ ਗਿਆ, ਇਸੇ ਦੇਸ਼ ਵਿੱਚ ਹੀ, ਇਸੇ ਘਰ ਵਿੱਚ ਹੀ ਹੈ। ਭਾਂਬੀਰੀ ਕੇ ਪਾਤ ਪਰਦੋ, ਭਾਂਬੀਰੀ ਕਹਿੰਦੇ ਤਿੱਤਲੀ ਨੂੰ, ਤਿੱਤਲੀ ਦੇ ਪਰ ਤੋਂ ਵੀ ਬਰੀਕ ਜਾ ਪਰਦਾ, ਹੋਂ ਦਾ ਪਤਾ ਹੀ ਨਹੀਂ ਲੱਗਦਾ, ਕਈ ਵਾਰੀ ਤੁੱਛ ਜਾਂ ਹੰਕਾਰ ਪਤਾ ਹੀ ਨਹੀਂ ਲੱਗਦਾ। ਪਰਦਾ ਭਾਵੇਂ ਕਿੰਨਾ ਬਰੀਕ ਹੋਵੇ, ਦੂਜੇ ਨਾਲੋਂ ਵਿਥ ਪਾਈ ਦਿੰਦਾ। ਭੰਬੀਰੀ ਕੇ ਪਾਤ ਪਰਦੋ, ਬਿਨ ਪੇਖੇ ਦੁਰਾਇਓ, ਕਿਉਂਕਿ ਉਹ ਪਰਦਾ ਸੀ, ਤੈਨੂੰ ਦਿਸਿਆ ਨਹੀਂ, ਏਦਾਂ ਲੱਗਿਆ ਜਿਵੇਂ ਪਤਾ ਨਹੀਂ ਪ੍ਰਦੇਸ਼ ਵਿੱਚ ਬੈਠਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਉਦਾਹਰਣ ਦਿੱਤੀ, ਪਿਆਸਾ ਆਦਮੀ ਸਰੋਵਰ ਦੇ ਕਿਨਾਰੇ ਬੈਠਾ, ਪਿਆਸ ਤੜਫ ਰਿਹਾ, ਕੋਈ ਬੂੰਦ ਪਾਣੀ ਮੈਨੂੰ ਦੇ ਦੇਵੇ, ਮੇਰੀ ਜ਼ਿੰਦਗੀ ਬਚ ਜਾਏ, ਮਰ ਰਿਹਾ ਵਾਂ। ਗੁਰੂ ਜੀ ਆਖਦੇ ਨੇ ਸਰੋਵਰ ਦੇ ਕੋਲ ਬੈਠਾ, ਪਾਣੀ ਪੀ ਲੈ, ਕਹਿੰਦਾ ਕਿੱਥੇ ਸਰੋਵਰ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਸਲ ਦੇ ਵਿੱਚ ਤੇਰੇ ਤੇ ਸਰੋਵਰ ਦੇ ਦਰਮਿਆਨ ਦੀਵਾਰ ਹੈ, ਜਿਸ ਦੀਵਾਰ ਨਾਲ ਤੂੰ ਢੋ ਲਾ ਕੇ ਬੈਠਾ, ਉਹਨਾਂ ਦੇ ਪਿਛਲੇ ਪਾਸੇ ਸਰੋਵਰ ਹੀ ਹੈ, ਉਹ ਨਾਲ ਹੀ ਹੈ, ਦੂਰ ਨਹੀਂ ਹੈ। ਪਰ ਕਿਵੇਂ ਨਜ਼ਰ ਆਵੇ, ਕਿਉਂਕਿ ਦਿਸਦੀ ਨਹੀਂ ਨਾ ਉਹ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸ਼ੈ ਆਪਣੇ, ਤਿੰਨ ਭਾਵੈ ਸਭ ਕੋਏ। ਹੋਂ ਵਾਰੀ ਮੰਝਾਂ ਖੰਨੀਆਂ ਮੰਝਾਂ, ਤੋ ਸਾਹਿਬ ਕਹਿ ਨਾਮੈ। ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਸਾਹਿਬ ਸਫਲਿਓ ਮੈਂ ਕੀ ਨਦਰ ਨਾ ਆ ਬਈ, ਵਸੈ ਹੱਬੀਆਂ ਨਾਲ, ਤਿੱਖਾ ਤਿਹਾਇਆ ਕਿਉਂ ਲਹਿ, ਜਾਂ ਸਰ ਪੀਤਰ ਪਾਲ, ਪਿਆਸ ਕਿਵੇਂ ਬੁਝੇ, ਮੇਰੇ ਤੇ ਸਰੋਵਰ ਦੇ ਵਿਚਕਾਰ ਤੇ ਦੀਵਾਰ ਹੈ ਬਸ। ਅਸੀਂ ਕਹਿੰਦੇ ਹਾਂ ਅੱਖੋਂ ਓਹਲੇ ਜਹਾਨੋਂ ਓਹਲੇ, ਜਿਹੜੀ ਚੀਜ਼ ਅੱਖ ਦੇ ਸਾਹਮਣੇ ਨਹੀਂ ਲੱਗਦਾ ਪ੍ਰਦੇਸ਼ ਦੇ ਵਿੱਚ ਹੈ, ਬੜੀ ਦੂਰ ਹੈ ਉਹ,
सतगुरु पातशाह कहलांगे दूर थोड़े है, वो तो तेरे नाल ही है, अंग संग है तेरे। इस करके तू दूरों ना देख, हों हों पीत पयो है बीचो सुंत देश निकटायो, पंबीरी के पात पर दो बिन पिखे दूर आयो, पयो कृपाल सर्व को ठाकुर सगुरो दुख मिटायो, कहो नानक हों मैं पीत गुर खोई तो दयार पीठ लो पायो। जो तो गुरु ने हों की दीवार परदा परे कर दिता तो घर ही मिल गया, घर ही मैं अमृत भरपूर है, बाहर ढूंढन ते छूट परे गुर घर ही मैं दिखाया था, घर चू मिल गया। कत जाइए रे घर लागो रंग, मेरा चितना चलिया मन पयो पंग, एक दिवस संदर बो सौगंध, पूजन चाली ब्रह्म ठाए सो ब्रह्म बतायो गुरमन ही माहे। मैं बारो लभन चली सौस प्रभु, पूजन चाली ब्रह्म ठाए, जेड़ा ब्रह्म ठाऊ है ना मंदिर, मैं उत्थे लभन तुरी सा सो ब्रह्म बतायो गुरमन ही माहे। वह मन ची दिखा दिता, गुरु जी ने कह दिता पत्ते बारो नहीं आने, दरवाजे च खलो की उड़ीकी चल ओने नहीं आना, घर के अंदर बैठा होया है, दूर ना जाना अंतर माना हर का महल पछाना। हुण मैं दूर नहीं जाणिया, अंदर ही मान लिया, अंदर ही दिस गया, दूर ना जाना, दूर जाने की लोड़ ही नहीं पई, अंतर माना हुण दूर नहीं गया, अंदर ही मिल गया हर का महल पछाना। मैं अपने अंदरों ही हरी दे महल पछाण लिया कि यह मेरा शरीर हरी का महल ही तो है, ये अंदर ही रब रहा है। गुरमुख ढूंढ टुड़ेंदिया हर सज्जन लद्दा राम राजे, बड़ा लभ्या लभद्या लभद्या कंचन काया कोट गढ़ विच हर हर सिद्धा। ये हुण देही सोने का किला बन गई क्योंकि अंदरों ही रब नूं हुण सिद्ध कर लिया, अंदर ही रब है। जो अंदर ही रब है फिर बाहर क्यों जावा। गुरमुख ढूंढ टुड़ेंदे आ हर सज्जन लद्दा राम राजे, कंचन काया कोट गढ़ विच हर हर सिद्धा, हर हर हीरा रतन है मेरा मन तन विद्धा, दुर्वा भाग वड्डे हर पाया नानक रस विद्धा। उते अंदर ही है गल की गुरु जी ने कह दिता, जिस रब की तू खोज कर रहा है ए जीव, वो तेरे अंदरों प्रगट होएगा, उहदे नाल तेरी पछाण बनेगी। उन्हां गुणा नूं अंदरों प्रगट कर ले, जिस दिन सच नूं प्रगट कर लेगा, लोग सच तेन सच्चा तेनों कहणगे, जिस दिन ईमानदारी नूं प्रगट कर लेगा, लोग तां दलेरी नूं पैदा कर लेगा, लोग बहादुर कहणगे, जिस दिन अपनी जिंदगी च प्रेम नूं दया नूं पैदा कर लेगा, लोग दयालु कहणगे, जिस दिन इन्हां रब्बी गुणा नूं अपने अंदरों पैदा कर लेगा, रब्बी गुणा विच सुसज्जित हो जाएगा, रब का रूप हो जाएगा। दूर ना जाना अंतर माना, दूर जान की लोड़ ही नहीं, बार उड़ीकन की लोड़ ही नहीं, अंतर माना अंदर ही मन लैंदी हाँ, मैं अंदर ही जान लैंदी हाँ, दूर ना जाना हूँ दूर जान दी नहीं है मैं कि रब दूर है कितने, अंतर माना अंदर मन लैंदी हाँ, हर का महल पछाना, मैं अपने अंदरों ही हरी का महल पछाण लैंदी हाँ कि हरी तो मेरे अंदर ही है, उन्हें ही प्रगट होना। हर मनुख के अंदर गुण औगुण ने, हर मनुख के अंदर बिख अमृत ने, जो जी चीज प्रगट करता है वह जी की पछाण बन जाती है, जिहड़ा अपने अंदरों रब्बी गुणा प्रगट कर लेंदा है, सच्चाई नू, प्रेम नू, निम्रता नू प्रगट कर लेंदा है, इन्हां रब्बी गुणा प्रगट करके उहदी पछाण रब के भगत वाली हो जाती है, उहदी पछाण रब के रूप वाली हो जाती है। कोई नहीं कह सकता जी मेरे अंदर रब ने प्रेम नहीं पाया, मिठे बोल बोलती नहीं, अंदर प्रेम के मिठे बोल हैं पर मैं उन्होंने प्रगट नहीं कर रहा, मैं उन्होंने सामने नहीं लेके आ रहा, मेरे मैं प्रगट नहीं कर रहा, मेरे अंदर दया है पर उस दया नूं मैं प्रगट नहीं कर रहा, मेरे अंदर शुभ गुण हैं मैं प्रगट नहीं कर रहा। जिस दिन मैं अपने अंदरों दया नूं पैदा कर लैंदा हाँ, प्रेम नूं प्रगट कर लैंदा हाँ, अपने अंदरों रब्बी गुणा नूं प्रगट कर लैंदा हाँ, उस दिन मैं रब वर्गा हो जाना, उस दिन प्रभु वर्गा मेरा रूप हो जाता है। दूर ना जाना अंतर माना हर का महल पछाना, नानक वैसाखी प्रभ पावे सुरत शब्द मन माना। हे नानक वैसाखी इस विसाख दे महीने राही जदों शाखावां नूं वेस मिल जाते हैं, इस पछाण दे राही, इस पहरावे दे राही, इस रब्बी गुणा की पछाण दे राही, प्रभ पावे जीव स्त्री प्रभु नूं पा लैंदी है विसाख के महीने च, इस अवस्था विसाख वाली अवस्था के जो रब्बी गुण की पछाण बन जाते हैं उदों रब वर्गी हो जाती है, रब नूं पा लैंदी है। नानक वैसाखी प्रभ पावे
ਪੁੱਛਿਆ ਬਾਹਰੋਂ ਆਇਆ, ਕਹਿਣ ਲੱਗੇ ਨਹੀਂ ਸੁਰਤ ਸ਼ਬਦ ਦੇ ਵਿੱਚ ਮੇਰੀ ਸੁਰਤ ਮੰਨ ਗਈ, ਮੇਰਾ ਮਨ ਮੰਨ ਗਿਆ, ਵਿੱਚ ਗਿਆ। ਉਦੋਂ ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਮੇਰਾ ਮਨ ਮੰਨ ਗਿਆ, ਉਦੋਂ ਪਤਾ ਚੱਲਿਆ ਉਸ ਪ੍ਰਭੂ ਦਾ, ਉਦੋਂ ਰੱਬ ਨਾਲ ਸਾਂਝ ਬਣੀ, ਜਦੋਂ ਸ਼ਬਦ ਸੁਰਤ ਦਾ ਮੇਲ ਹੋ ਗਿਆ। ਤੇ ਸ਼ਬਦ ਸੁਰਤ ਦਾ ਮੇਲ ਇੱਕ ਐਸਾ ਸਬਜੈਕਟ ਹੈ, ਇੰਨਾ ਕੰਪਲੀਕੇਟਡ ਕੀਤਾ ਹੋਇਆ, ਜਿਹਦੇ ਬਾਰੇ ਕਿਹਾ ਜਾਂਦਾ ਕਿ ਸਾਹ ਤਾਂ ਠਾਂ ਕਰਨੇ ਪੈਂਦੇ ਨੇ, ਅਗਮ ਨਿਗਮ ਕੀਆਂ ਬਾਤਾਂ ਕਰਨੀਆਂ ਪੈਂਦੀਆਂ ਨੇ, ਆਲਤੀ ਪਾਲਤੀ ਆਸਣ ਲਾਣੇ ਪੈਂਦੇ ਨੇ, ਕਿੰਨਾ ਕੁਛ ਕਿਹਾ ਜਾਂਦਾ ਹੈ ਕਿ ਆਹ ਕੁਛ ਕਰਨਾ ਪਏ। ਉਹ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਸ਼ਬਦ ਗੁਰਬਾਣੀ ਵਿੱਚ ਵੀ ਨਹੀਂ ਹੁੰਦੇ, ਪਰ ਇੰਨਾ ਸੌਖਾ ਕੰਸੈਪਟ। ਸ਼ਬਦ ਸੁਰਤ ਦਾ ਮੇਲ ਕੀ ਹੈ? ਸ਼ਬਦ ਹੈ ਗੁਰੂ ਦਾ ਸਿਧਾਂਤ, ਗੁਰੂ ਦਾ ਉਪਦੇਸ਼। ਸੁਰਤ ਕੀ ਹੈ? ਸੁਰਤ ਹੈ ਸਾਡੀ ਸੋਚ, ਸਾਡੀ ਮੈਂਟੈਲਿਟੀ। ਸ਼ਬਦ ਹੈ ਗੁਰੂ ਦਾ ਗਿਆਨ, ਸੁਰਤ ਹੈ ਸਾਡੀ ਸੋਚ। ਜਿਸ ਦਿਨ ਗੁਰੂ ਦਾ ਗਿਆਨ ਸਾਡੀ ਸੋਚ ਵਿੱਚ ਆ ਕੇ ਵਸ ਜਾਂਦਾ ਹੈ, ਉਸ ਦਿਨ ਸ਼ਬਦ ਸੁਰਤ ਦਾ ਮੇਲ ਹੋ ਜਾਂਦਾ ਹੈ। ਆਹ ਸ਼ਬਦ ਸੁਰਤ ਦਾ ਮੇਲ ਅਸੀਂ ਕਰਨਾ ਹੈ। ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਜਦੋਂ ਸ਼ਬਦ ਵਿੱਚ ਸੁਰਤੀ ਵਿੱਚ ਸ਼ਬਦ ਟਿਕ ਜਾਂਦਾ ਹੈ ਔਰ ਮਨ ਮੰਨ ਜਾਂਦਾ ਹੈ ਉਸ ਸ਼ਬਦ ਦੇ ਵਿੱਚ, ਉਦੋਂ ਹੀ ਜੀਵ ਜਿਹੜਾ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚੋਂ ਪ੍ਰਗਟ ਕਰਕੇ ਰੱਬ ਦਾ ਰੂਪ ਹੋ ਜਾਂਦਾ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਜੀ, ਇੰਨੀਆਂ ਹੀ ਬੇਨਤੀਆਂ ਪ੍ਰਵਾਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।